ਕਰਕੇ ਮਾਵਾ ਧੀਆਂ ਨੇ ਗੱਲਾਂ ਹਾਜ਼ਰ ਹੋ ਗਏ ਆ ਆਪਣਾ ਪੰਜਾਬ ਟੀਵੀ ਤੋਂ। ਅੱਜ ਵੀ ਫਰਾਈਡੇ ਤੇ ਟਾਈਮ ਹੋ ਗਿਆ 3 ਵਜੇ ਦਾ ਤੇ ਸਾਡਾ ਪ੍ਰੋਗਰਾਮ ਜਾਰੀ ਰਹਿੰਦਾ ਹੈ 3 ਤੋਂ 4 ਵਜੇ। ਵੇਖਣਾ ਨਾ ਭੁੱਲਿਆ ਕਰੋ ਕਿਉਂਕਿ ਤੁਹਾਡਾ ਆਪਣਾ ਪ੍ਰੋਗਰਾਮ ਹੈ, ਉਹ ਤੁਹਾਡੇ ਲਈ ਹੀ ਸਜਾਇਆ ਜਾਂਦਾ ਵੇ। ਤੇ ਪ੍ਰੋਗਰਾਮ ਮਾਵਾ ਧੀਆਂ ਦੀਆਂ ਗੱਲਾਂ ਆਪਣਾ ਪੰਜਾਬ ਟੀਵੀ ਤੋਂ ਅੱਜ ਦੇ ਦਿਨ 3 ਤੋਂ 4 ਵਜੇ ਵੇ। ਤੇ ਪਲੀਜ਼ ਦੇਖੋ ਔਰ ਸਾਨੂੰ ਸ਼ੇਅਰ ਕਰੋ ਆਪਣੇ ਐਕਸਪੀਰੀਅੰਸ, ਆਪਣੀਆਂ ਬੋਲੀਆਂ, ਆਪਣੇ ਟੱਪੇ, ਔਰ ਕਾਲ ਕਰਨਾ ਨਾ ਭੁੱਲੋ। ਤੇ ਮੇਰੇ ਨਾਲ ਨੇ ਮੇਰੀ ਪਿਆਰੀ ਜੀ ਐਜ਼ ਯੂਜੂਅਲ ਐਵਰਗ੍ਰੀਨ ਸਤਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹਾਲ ਤੁਹਾਡਾ? ਜੀ ਬਹੁਤ ਠੀਕ ਵਧੀਆ। ਤੁਸੀਂ? ਹਾਂਜੀ ਹਾਂਜੀ। ਹਾਂ, ਤੇ ਕੈਸੀ ਤਬੀਅਤ, ਕੈਸੇ ਤੁਸੀਂ? ਹਾਂ ਠੀਕ ਹੈ, ਠੀਕ ਹੈ। ਹਾਂਜੀ, ਵੈਦਰ ਵਧੀਆ ਅੱਜ ਬਹੁਤ। ਵੈਦਰ ਬਹੁਤ ਵਧੀਆ ਹੈ, ਔਰ ਪਤਾ ਕੀ ਜਿਹੜਾ ਵੇ ਪਿਛਲੇ 1-2 ਦਿਨ ਤੋਂ ਵੈਦਰ ਕਦੀ ਤੇ ਗਰਮ ਹੋ ਜਾਂਦਾ ਹੈ, ਹਾਂ ਕਦੀ ਠੰਡਾ ਹੋ ਜਾਂਦਾ, ਕਦੀ ਠੰਡਾ ਹੋ ਜਾਂਦਾ ਵੇ। ਔਰ ਹਾਂਜੀ, ਦੂਸਰੀ ਗੱਲ ਹੈ ਕਿ ਜਿਹੜੇ ਕਰੋਨਾ ਕੇਸਿਸ, ਕੋਵਿਡ ਕੇਸਿਸ ਜਿਹੜੇ ਆਉਂਦੇ ਨੇ ਵੇ, ਇਟਸ ਰੀਅਲੀ ਰੀਅਲੀ ਸ਼ੌਕਿੰਗ ਕਿ ਬਹੁਤ ਹੀ ਵੱਧਦੇ ਪਏ ਆ, ਵੱਧਦੇ ਪਏ 409 ਅੱਜ ਆਏ ਆ। ਹਾਂ, ਤੇ ਬਹੁਤ ਹੀ ਜ਼ਿਆਦਾ ਹੁੰਦਾ ਪਿਆ। ਸੁਣਦਾ ਹੈ ਕਿ ਜਿਹੜੇ ਗੈਦਰਿੰਗ ਹੋਈਗੇ ਘਰਾਂ ਦੇ ਵਿੱਚ, ਉਹ ਵੀ ਗਵਰਨਮੈਂਟ ਵੱਲੋਂ ਉਹਦੇ ਤੇ ਪਾਬੰਦੀ ਲੱਗੀ, 10% ਐਟ ਅ ਟਾਈਮ ਘਰ ਵਿੱਚ ਕਿਸੇ ਘਰ ਵਿੱਚ ਸਟੇ ਕਰ ਸਕਦੇ ਨੇ। ਤੇ ਪਲੀਜ਼ ਸਾਰੇ ਜਿਹੜੇ ਮੇਰੇ ਸਰੋਤੇ ਨੇ ਜਿਹੜੇ ਸਾਨੂੰ ਟੀਵੀ ਸੁਣਦੇ ਨੇ ਪਏ, ਵੇਂਦੇ ਨੇ ਪਏ, ਤਾਂ ਉਹਨਾਂ ਨੂੰ ਅਸੀਂ ਇਹ ਮੈਸੇਜ ਆਪਣੇ ਟੀਵੀ ਪੰਜਾਬ, ਆਪਣਾ ਪੰਜਾਬ ਦੇ ਥਰੂ ਵੀ ਇਹ ਪਹੁੰਚਾਉਣਾ ਚਾਹੁੰਦੇ ਹਾਂ ਕਿ ਪਲੀਜ਼ ਜਿੰਨੇ ਵੀ ਗਵਰਨਮੈਂਟ ਵੱਲੋਂ ਰਿਸਟ੍ਰਿਕਸ਼ਨਸ ਨੇ ਉਹਨਾਂ ਨੂੰ ਫੋਲੋ ਕਰੋ, ਕਿਉਂਕਿ ਇਹ ਤੁਹਾਡੀ ਸੇਫਟੀ ਵਾਸਤੇ ਨੇ, ਤੁਹਾਡੀ ਲਾਈਫ ਵਾਸਤੇ ਨੇ, ਤੁਹਾਡੀ ਫੈਮਿਲੀ ਦੀ ਸੇਫਟੀ ਵਾਸਤੇ ਨੇ। ਤੇ ਇੰਜੋਏ ਕਰਦੇ ਰਹੋ, ਵਿੰਦੇ ਰਹੋ ਪ੍ਰੋਗਰਾਮ ਮਾਵਾਂ ਧੀਆਂ ਦੀਆਂ ਗੱਲਾਂ, ਜਿਹੜਾ ਅੱਜ ਫਰਾਈਡੇ ਹਰ ਫਰਾਈਡੇ ਨੂੰ 3 ਤੋਂ 4 ਵਜੇ ਹੁੰਦਾ ਔਰ ਪ੍ਰੋਗਰਾਮ ਸ਼ੁਰੂ ਹੋ ਗਿਆ ਮਾਵਾਂ ਧੀਆਂ ਦੀਆਂ ਗੱਲਾਂ। ਤੇ ਮੈਂ ਤੇ ਸਤਿੰਦਰ ਜੀ ਤੁਹਾਡੇ ਨਾਲ ਬੈਠੇ ਹਾਂ, ਤੁਹਾਡੀ ਫੋਨ ਕਾਲ ਦਾ ਇੰਤਜ਼ਾਰ ਕਰਨੇ ਆਪੇ। ਤੇ ਸਤਿੰਦਰ ਜੀ, ਕੀ ਤੁਸੀਂ ਅੱਜ ਦੱਸੋਗੇ ਅੱਜ ਕੀ ਅਸੀਂ ਆਪਣੇ ਸਰੋਤਿਆਂ ਨਾਲ ਕੀ ਡਿਸਕਸ ਕਰੀਏ? ਆਪਣੇ ਸਰੋਤਿਆਂ ਨੂੰ ਆਪਾਂ ਅੱਜ ਇਹ ਕਹਿੰਦੇ ਆ ਵੀ ਜਿੱਦਾਂ ਮੈਰਿਜ ਹੁੰਦੀ ਆ ਨਾ, ਪਹਿਲਾਂ ਤਾਂ ਹੁੰਦੀ ਆਈ ਆ, ਤੇ ਲਵ ਮੈਰਿਜ ਵਧੀਆ ਰਹਿੰਦੀ ਆ ਜਾਂ ਅਰੇਂਜ ਮੈਰਿਜ ਵਧੀਆ ਰਹਿੰਦੀ ਆ, ਜਾਂ ਕਿਹੜੀ ਠੀਕ ਰਹਿੰਦੀ ਆ, ਜੇ ਜੋ ਜਿਸੇ ਜਿੱਦਾਂ ਕਿਸੇ ਦੀ ਹੋਈ ਆ ਉਹ ਸਾਨੂੰ ਆਪਣਾ ਜ਼ਰੂਰ ਹਾਂਜੀ ਦੱਸਣ, ਹੈ ਨਾ, ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰੋ ਕਿ ਤੁਹਾਡੀ ਮੈਰਿਜ ਕਿਹੜੀ ਹੋਈ ਹੈ, ਅਰੇਂਜ ਹੋਈ ਹੈ, ਤੁਸੀਂ ਖੁਸ਼ ਆ ਜਾਂ ਕਿੱਦਾਂ, ਹੈ ਨਾ। ਬਿਲਕੁਲ ਬਿਲਕੁਲ ਸਹੀ, ਬਾਕੀ ਬੋਲੀਆਂ ਟੱਪੇ ਤਾਂ ਆਪਾਂ ਰੋਜ਼ ਦੀ ਤਰ੍ਹਾਂ ਸੁਣਦੇ ਨੇ। ਤੁਸੀਂ ਕਾਲ ਲੈਨੇ ਆਪਣੀ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਤੁਸੀਂ? ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੈ। ਓ ਥੈਂਕਸ ਅ ਲੋਟ, ਥੈਂਕ ਯੂ ਵੈਰੀ ਮਚ, ਧੰਨਵਾਦ ਜੀ ਤੁਹਾਡਾ। ਹਾਂ, ਨਹੀਂ ਦੇਖਣਾ, ਮੈਂ ਵੀ ਇੱਕ ਸੁਣਾਉਣਾ ਚਾਹੁੰਦੀ ਤੁਹਾਨੂੰ ਬੋਲੀਆਂ। ਜੀ ਜ਼ਰੂਰ, ਹਾਂਜੀ ਸੁਣਾਓ ਜੀ, ਬੋਲੀ ਸੁਣਾਓ, ਕੀ ਸੁਣਾਓਗੀ ਜੀ ਆਇਆਂ ਨੂੰ? ਵੈਲਕਮ ਵੈਲਕਮ। ਭੁੱਲ ਗਈ ਭੁੱਲ ਗਈ ਭੁੱਲ ਗਈ ਵੇ, ਰਾਤਾਂ ਕਾਲੀਆਂ ਚ ਵਾਰਾ ਤੇਰਾ, ਭੁੱਲ ਗਈ ਵੇ ਸਿਟੀ ਮਾਰ ਚ ਵਾਰਾ ਤੇਰਾ, ਭੁੱਲ ਗਈ ਵੇ ਖੁੱਲ ਗਈ ਖੁੱਲ ਗਈ ਖੁੱਲ ਗਈ ਵੇ, ਤੇਰੀ ਛੇਜ ਤੇ ਜੰਜੀਰੀ ਮੇਰੀ ਖੁੱਲ ਗਈ ਵੇ, ਤੇਰੀ ਛੇਜ ਤੇ ਜੰਜੀਰੀ ਮੇਰੀ ਖੁੱਲ ਗਈ ਵੇ, ਖੁੱਲ ਗਈ ਤੁੱਲ ਗਈ ਤੁੱਲ ਗਈ ਨੀ ਜਿੰਦ ਆਸ਼ਕਾਂ ਦੀ ਤੱਕੜੀ ਚ ਤੁੱਲ ਗਈ ਵੇ। ਹੈਲੋ, ਹਾਂਜੀ ਹਾਂਜੀ, ਸੁਣਦੇ ਤੇ ਬੜੇ ਸ਼ੌਕ ਨਾਲ ਸੁਣਾਈ, ਚਲੋ ਸੁਣਾਈ ਚਲੋ ਜੀ, ਆਸ਼ਕਾਂ ਦੀ ਤੱਕੜੀ ਚ ਤੁੱਲ ਗਈ। ਬਹੁਤ ਵਧੀਆ ਜੀ, ਹੋਰ ਸੁਣਾਓ, ਹੋਰ ਤਿਆਰੀਆਂ ਕਰਕੇ ਸੁਣਾਵਾਂਗੇ। ਤੇ ਬਹੁਤ ਹੀ ਪਿਆਰੀ, ਉਹਨਾਂ ਜ਼ੰਜੀਰੀ ਖੋਲ ਗਏ, ਜ਼ੰਜੀਰੀ ਕੋਈ ਤਾਂ ਹੱਥ ਸੇ ਹੁੰਦੀ ਸਹੀ, ਤੇ ਜ਼ੰਜੀਰੀ ਖੋਲ ਗਈ। ਉਹ ਸੁਨਿਆਰੇ ਨੂੰ ਚਾਹੀਦਾ ਸੀ ਕਿ ਜ਼ੰਜੀਰੀ ਦਾ ਟਾਂਕਾ, ਹਾਂ ਵਧੀਆ ਲਾ, ਪੱਕਾ ਲਾਦਾ, ਪੱਕਾ ਲਾਦਾ, ਹੁੱਕ ਟੁੱਟ ਗਈ ਹੋਊਗੀ, ਕੁਛ ਤਾਂ ਕੁਛ ਹੋਇਆ ਹੀ ਹੈ, ਕੁਛ ਤਾਂ ਕੁਛ ਇਹ ਤਾਂ ਉਹਨਾਂ ਦੱਸਣਾ ਪਏਗਾ ਕੀ ਹੋਇਆ ਤੇ ਕੀ ਨਹੀਂ ਹੋਇਆ। ਤੇ ਜੀ ਸਰ, ਕੋਰਟ ਮੈਂ ਜਿਹੜਾ ਵੇ, ਕੋਰਟ ਮੈਰਿਜਸ ਵੀ ਹੁੰਦੀਆਂ ਨੇ, ਅਰੇਂਜ ਮੈਰਿਜਸ ਵੀ ਹੁੰਦੀਆਂ ਨੇ, ਔਰ ਜਿਹੜਾ ਇੱਕ ਹੁੰਦੀਆਂ ਨੇ ਜਿਹੜਾ ਬੱਚੇ ਇੱਕ ਦੂਸਰੇ ਨੂੰ ਪਸੰਦ ਕਰਦੇ ਨੇ, ਉਹ ਵੀ ਸਾਰੇ ਮੈਰਿਜਸ ਬਿਹਤਰ ਨੇ, ਲੇਕਿਨ ਗੱਲ ਹੀ ਹੁੰਦੀ ਕਿ ਮੈਰਿਜ ਇੱਕ ਕੰਟਰੈਕਟ ਤੇ ਮਤਲਬ ਜਿਹੜੀ ਵੀ ਹੋਵੇ ਉਹ ਚ ਵਧੀਆ ਵਿਚਰਨਾ ਚਾਹੀਦਾ, ਵਿਚਰਨਾ ਚਾਹੀਦਾ, ਕਿਉਂਕਿ ਇਹ ਕਾਈਂਡ ਆਫ ਕੰਟਰੈਕਟ ਹੈ ਬਿਟਵੀਨ ਗਰਲ ਐਂਡ ਬੋਏ, ਲਾਈਕ ਦੇ ਵਾਂਟ ਟੂ ਸਪੈਂਡ देयर ਲਾਈਫ ਟੁਗੇਦਰ, ਤੇ ਆਪਣੀ ਜ਼ਿੰਦਗੀ ਨਾਲ ਨਾਲ ਗੁਜ਼ਾਰਨਾ ਚਾਹੁੰਦੇ ਨੇ। ਲੇਕਿਨ ਇਹ ਜਦੋਂ ਜ਼ਿੰਦਗੀ ਤੁਸੀਂ ਨਾਲ ਨਾਲ ਗੁਜ਼ਾਰਦੇ ਹੋ ਤੇ ਕਦੀ ਜ਼ਿੰਦਗੀ ਦੇ ਵਿੱਚ ਅਪ ਐਂਡ ਡਾਊਨਸ, ਅਪਸ ਐਂਡ ਡਾਊਨਸ ਆ ਜਾਂਦੇ ਨੇ, ਯਾਨੀ ਕਿ
ਕਦੀ ਜਿਹੜਾ ਵੇ ਹਾਲਾਤ ਬਹੁਤ ਹੀ ਅੱਛੇ ਹੁੰਦੇ ਨੇ ਔਰ ਕਦੀ ਥੋੜ੍ਹਾ ਬਹੁਤ, ਜ਼ਾਹਿਰ ਹੈ ਕਿ ਮੌਸਮ ਜਿਵੇਂ ਇੱਕੋ ਜਿਹਾ ਨਹੀਂ ਰਹਿੰਦਾ ਅਤੇ ਇਸੇ ਤਰ੍ਹਾਂ ਜ਼ਿੰਦਗੀ ਦੇ ਰੰਗ ਵਿੱਚ ਵੀ ਥੋੜ੍ਹੀ 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 ਚੇਂਜਿਸ ਹੁੰਦੀ ਰਹਿੰਦੀ ਹੈ ਅਤੇ ਜਿੱਥੇ ਸਾਨੂੰ ਚੰਗੇ ਦਿਨਾਂ ਨੂੰ ਚੰਗੀ ਤਰ੍ਹਾਂ ਗੁਜ਼ਾਰਨਾ ਚਾਹੀਦਾ, ਇਸੇ ਤਰ੍ਹਾਂ ਸਾਨੂੰ ਜਿਹੜੇ ਥੋੜ੍ਹੇ ਜਿਹੇ ਰੱਬ ਨਾ ਕਰੇ ਕਿ ਮੰਦੇ ਦਿਨ ਲੋਕ ਵੀ ਮਿਲ ਕੇ ਉਹ ਵੀ ਉਹ ਕੱਟਣੇ ਚਾਹੀਦੇ ਮਿਲ ਕੇ, ਕੱਟੇ ਗੁਜ਼ਾਰਨੇ ਚਾਹੀਦੇ, ਇਹੀ ਕੰਟਰੈਕਟ ਹੈ, ਇਹੀ ਲਾਈਫ ਹੈ, ਇਹੀ ਮੈਰਿਜ ਹੈ। ਹੈਲੋ ਜੀ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਤੁਸੀਂ? ਮੈਂ ਜਗਜੀਤ ਕੌਰ ਬੋਲਦੀ ਹਾਂ ਕੈਲਗਰੀ ਤੋਂ। ਜੀ ਕੈਲਗਰੀ ਤੋਂ ਜੀ, ਸੁਣਾਓ ਜੀ, ਕੀ ਹਾਲ ਕੈਲਗਰੀ ਦਾ? ਵਧੀਆ ਵਧੀਆ ਹਾਲ ਚਾਲ ਆ, ਤੁਸੀਂ ਦੱਸੋ? ਦੋਨੇ ਭੈਣਾਂ ਬਹੁਤ ਸੋਹਣੀਆਂ ਲੱਗਦੀਆਂ ਬੈਠੀਆਂ। ਥੈਂਕ ਯੂ ਜੀ, ਤੁਹਾਡਾ ਤੇ ਤੁਹਾਡੀ ਆਵਾਜ਼ਾਂ ਸੁਣ ਕੇ ਸੋਹਣੇ ਹੋ ਜਾਂਦੇ ਅਸੀਂ ਤੇ ਅਸੀਂ ਵੀ ਤੁਹਾਡੇ ਨਾਲ ਸਾਰਾ ਕਰ ਲੈਣੇ ਸਾਂਝੀਆਂ ਗੱਲਾਂ, ਵਧੀਆ ਹੋ ਜਾਂਦਾ ਤੁਹਾਡੇ ਨਾਲ ਹੀ ਬੈਠੇ ਇੱਥੇ ਅਸੀਂ। ਔਰ ਇਹ ਪ੍ਰੋਗਰਾਮ ਵੀ ਤੁਹਾਡਾ ਹੀ ਹੈ ਨਾ, ਤੁਹਾਡੇ ਵਾਸਤੇ ਤੇ ਅਸੀਂ ਬੈਠੇ ਆ ਕਿ ਤੁਸੀਂ ਤੁਹਾਡਾ ਜਿਹੜਾ ਵੇ ਮਨੋਰੰਜਨ ਰਵੇ, ਦਿਲ ਲੱਗਿਆ ਰਵੇ, ਤੁਹਾਡੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਸਾਡੇ ਉਧਰ ਕਣਕਾਂ ਵਿੱਚ ਕਣਕਾਂ ਦੇ ਘਾਹ ਵੇ ਵੀਰ ਗੱਲਾਂ ਕਰਾਂਗੇ ਦੋਨੇ ਭੈਣ ਭਰਾ, ਵੇ ਵੀਰ ਗੱਲਾਂ ਕਰਾਂਗੇ ਦੋਨੇ ਭੈਣ ਭਰਾ, ਵੇ ਵੀਰ ਗੱਲਾਂ ਕਰਾਂਗੇ ਉਧਰ ਕਣਕਾਂ, ਉਧਰ ਕਣਕਾਂ ਵਿੱਚ ਕਣਕਾਂ ਦੇ ਘਾਹ ਸੇਵੀਆਂ ਮੁੱਛਾਂ ਮੁਣਾ ਕੇ ਆ, ਵੇ ਮਹਿਰੀਆਂ ਸੇਵੀਆਂ ਮੁੱਛਾਂ ਮੁਣਾ ਕੇ ਆ, ਵੇ ਮਹਿਰੀਆਂ ਸੇਵੀਆਂ ਕਮਲੇ ਨੂੰ ਚੜ ਗਿਆ ਚਾਹ ਨੀ ਮਹਿਰੀਆਂ ਸੇਵੀਆਂ, ਕਮਲੇ ਨੂੰ ਚੜ ਗਿਆ ਚਾਹ ਨੀ ਮਹਿਰੀਆਂ ਸੇਵੀਆਂ, ਕਮਲੇ ਨੂੰ ਚੜ ਗਿਆ ਚਾਹ ਨੀ ਮਹਿਰੀਆਂ ਸੇਵੀਆਂ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ ਜੀ। ਹੋਰ? ਹਾਂਜੀ ਹਾਂਜੀ ਹਾਂ, ਉਹ ਸੁਣਾਓਗੇ ਕੁਝ? ਹਾਂਜੀ ਹੋਰ ਸੁਣਾ ਦਿੰਦੀ ਹਾਂ, ਬੋਲੀ। ਹਾਂਜੀ ਸੁਣਾਓ ਜੀ, ਕੀ ਸੁਣਾਓਗੇ? ਹਾਂਜੀ, ਚੱਕ ਲੈ ਟੋਕਰਾ ਤੁਰਪੀ ਖੇਤ ਨੂੰ, ਚੱਕ ਲੈ ਟੋਕਰਾ ਤੁਰਪੀ ਖੇਤ ਨੂੰ, ਚੱਲ ਮੈਂ ਮਗਰੇ ਆਇਆ ਨੀ ਵੱਟੀ ਵੱਟੀ, ਸਾਰੇ ਫਿਰ ਗਿਆ ਤੇਰਾ ਮਨਾਣਾ ਥਿਆਇਆ, ਦਸ ਕਲਬੂਤਰੀਏ ਕਿੱਥੇ ਆਲ ਨਾ ਪਾਇਆ, ਦਸ ਕਲਬੂਤਰੀਏ ਕਿੱਥੇ ਆਲ ਨਾ ਪਾਇਆ, ਦਸ ਕਲਬੂਤਰੀਏ। ਓਕੇ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਬਹੁਤ ਹੀ ਵਧੀਆ ਜੀ। ਸੇਵੀਆਂ ਮੁੱਛਾਂ ਬਣਾ ਕੇ ਆ, ਇਹ ਨਾ ਹੋਏ ਸੇਵੀਆਂ ਜਿਹੜੀ ਮੁੱਛਾਂ 'ਚ ਫਸ ਜਾਏ, ਉਹ ਬਸ ਉਹੀ ਹੁੰਦਾ ਵੀ ਇਹ ਚੀਜ਼ੇ। ਹਾਂਜੀ, ਸੇਵੀਆਂ ਜਦੋਂ ਲੰਮੀਆਂ ਸੇਵੀਆਂ ਹੁੰਦੀਆਂ ਨੇ ਜੇ ਚਮਚ ਨਾਲ ਖਾਓ ਤੇ ਕਦੀ ਇੱਥੇ ਹੁਣ ਆਪਣੇ ਨਿਊਡਲਾਂ ਦਾ ਇਹੀ ਹਾਲ ਹੈ, ਨਿਊਡਲਸ ਨਿਊਡਲਸ ਵੀ ਇਹੀ ਤੇ ਨਾਲ ਸੇਵੀਆਂ, ਕਿਉਂਕਿ ਬਰੀਕ ਹੁੰਦੀਆਂ ਨਿਊਡਲਸ, ਫੇਰ ਵੀ ਚਲੋ ਤੁਸੀਂ ਉਹ ਤਾਂ ਕੱਟੂ ਤਾਂ ਲੈ ਜਾਂਦੇ ਤੇ ਸੇਵੀ ਫਸੀ ਰਹਿ ਜਾਂਦੀ, ਤੇ ਮੁੱਛਾਂ ਬਣਾ ਕੇ ਖਾਣੀਆਂ ਚਾਹੀਦੀਆਂ ਨੇ, ਐਵੇਂ ਆਪਣਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ। ਤੇ ਬਹੁਤ ਹੀ ਸੋਹਣੇ ਉਹਨਾਂ ਦੇ ਮੈਂ ਟੱਪੇ ਤੇ ਬੋਲੀ ਬਹੁਤ ਹੀ, ਔਰ ਕੈਲਗਰੀ ਤੋਂ ਸਾਨੂੰ ਕਾਲ ਕੀਤਾ, ਥੈਂਕ ਯੂ ਵੈਰੀ ਮਚ, ਥੈਂਕਸ ਅ ਲੋਟ। ਲੋਕ ਵੇਖੋ ਦੂਰ ਦੂਰ ਤੱਕ ਜਿਹੜਾ ਵੇ ਸਾਡੇ ਭੈਣ ਭਰਾ ਜਿਹੜੇ ਨੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ ਔਰ ਸਾਡੇ ਨਾਲ ਜੁੜੇ ਰਹਿੰਦੇ ਨੇ, ਵੀ ਰੀਅਲੀ ਥੈਂਕਫੁਲ ਟੂ ਯੂ ਫਰੋਮ ਦਾ ਆਪਣਾ ਟੀਵੀ ਪੰਜਾਬ ਵੱਲੋਂ, ਅਸੀਂ ਤੁਹਾਡੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ, ਥੈਂਕਸ। ਹੈਲੋ ਜੀ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਤੁਸੀਂ? ਹਾਂਜੀ, ਬਲੀਤ ਕੌਰ ਬੋਲਦੀ ਹਾਂ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੈਸੀ ਤਬੀਅਤ, ਕੈਸੀ ਤੁਸੀਂ, ਕੈਸੇ ਮਿਜਾਜ, ਠੀਕ ਠਾਕ ਹੋ ਤੁਸੀਂ? ਹਾਂਜੀ ਹਾਂਜੀ, ਠੀਕ ਹਾਂ ਜੀ। ਹਾਂਜੀ, ਕੀ ਸੁਣਾਓਗੇ ਤੁਸੀਂ? ਅਸੀਂ ਗਾਉਣਾ ਸੁਣਾ ਦਿੰਦੇ ਜੀ। ਸੁਣਾਓ ਜੀ, ਗਾਉਣਾ ਸੁਣਾਓ। ਸਤਿ ਸ਼੍ਰੀ ਅਕਾਲ ਸਾਰੀ ਦੋਨਾਂ ਭੈਣਾਂ ਨੂੰ, ਪਹਿਲੇ ਗਾਉਣੀ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸੁਣਾਈਏ ਜੀ, ਜ਼ਰੂਰ ਸੁਣਾਓ ਜੀ, ਕਰੋ ਸ਼ੁਰੂ। ਅਸੀਂ ਤਾਂ ਸੁਣਨ ਵਾਸਤੇ ਬੈਠੇ ਹੋਏ, ਇੰਤਜ਼ਾਰ ਕਰਨੇ ਆ ਬੈ। ਕਦੇ ਨਾ ਖਾਦੇ ਵੇਦ ਖੱਟੇ ਮਿੱਠੇ ਜਾਮਣ, ਕਦੇ ਨਾ ਖਾਦੇ ਤੇਰੇ ਗਿੱਟ ਮਿੱਠੇ ਜਾਮਣ, ਕਦੇ ਨਾ ਖਾਦਾ ਵਿਕੜਾ ਕਰਕੇ ਛੱਡ ਗਿਆ ਜਾਲਮਾ, ਵਿਆਹ ਕਰਕੇ ਛੱਡ ਗਿਆ ਜਾਲਮਾ, ਵਿਆਹ ਕਰਕੇ ਕਦੇ ਨਾ ਖਾ ਕਦੇ ਨਾ ਕਦੇ ਨਾ ਆਈ ਨੀ ਤੂੰ ਹੱਸ ਦੀ ਖੇਡ ਦੀ, ਕਦੇ ਨਾ ਆਈ ਨੀ ਤੂੰ ਹੱਸ ਦੀ ਖੇਡ ਦੀ, ਕਦੇ ਨਾ ਆਈ ਨੀ ਤੂੰ ਕੁੰਡ ਕੱਢ ਕੇ ਤੁਰ ਜਾ ਕੁੜੀਏ ਸਾਡਾ ਪਿੰਡ ਛੱਡ ਕੇ, ਤੁਰ ਜਾ ਕੁੜੀਏ ਸਾਡਾ ਪਿੰਡ ਛੱਡ ਕੇ, ਕਦੇ ਨਾ ਆਇਆ ਵੇ ਤੂੰ ਹੱਸਦਾ ਖੇਡਦਾ, ਕਦੇ ਨਾ ਆਇਆ ਵੇ ਤੂੰ ਹੱਸਦਾ ਖੇਡਦਾ, ਕਦੇ ਨਾ ਆਇਆ ਵੇ ਜਵਾਈ ਬਣ ਕੇ ਉੱਠ ਜਾ ਮੁੰਡਿਆ ਸਾਡਾ ਨਾਈ ਬਣ ਕੇ, ਉੱਠ ਜਾ ਮੁੰਡਿਆ ਸਾਡਾ ਨਾਈ ਬਣ ਕੇ, ਉੱਠ ਜਾ। ਬਹੁਤ ਵਧੀਆ, ਥੈਂਕ ਯੂ ਜੀ, ਔਰ ਕੁਛ ਸੁਣਾਓਗੇ ਤੁਸੀਂ?
ओह थैंक्स अ लॉट, टेक केयर, बहुत अपना ख्याल रखो, थैंक यू वेरी मच, थैंक्स फॉर कॉलिंग अस ऑन अपना पंजाब टीवी उत्ते, और असीं अपने सारे श्रोतियां ते बहुत शुक्रगुजार हां हाँ जी हाँ साडे नाल जी, अपनी याद बोलियां रखते हैं याद टाइम रखते दा। ने हाँ और जी टप्पे और बोलियां शेयर करते ने, क्योंकि प्रोग्राम ओदे ही खूबसूरत होंगे जो असीं तुहाडे फोन कॉल लैंदे हां, और तुसीं भी साडे नाल शेयर करते हो अपनियां खूबसूरत खूबसूरत बोलियां टप्पे सेरे और जो भी तुहाडा दिल चाहुंदा वे। ते सतिंदर जी जिहड़ा वे उन्हां नूं किहदा प्यारा विआह करके छड्ड गए उन्हां हाँ ते बड़ा भैड़ा होया काम, विआह कठे रहना चाहिए सी हाँ वैसे, ये तो गलती आ, हाँ ये तो गलती हो, लेकिन कभी कभी काम वास्ते बाहर जाना पैंदा दूर किधरे भी ना, हाँ जी हुण पता नहीं किदां गया वो, हाँ काम वास्ते जाते हैं लोग इधर उधर ना। हेलो जी सत श्री अकाल, कौन बोल रहे हो तुसी? हेलो सत श्री अकाल जी, कौन बोल रहे हो तुसी? मैं प्रीत गरेवाल बोल रहा हूँ। हाँ प्रीत गरेवाल जी, की हाल तुहाडा, ठीक हो तुसी, की सुनाओगे? ठीक ठाक, बस बोली सुनानी है। जी सुनाओ जी, बोली सुनाओ जी। ओके लम्मे लम्मे तंद वे मैं तकले ते पौनिया, तक तक रहा सारा दिन मैं गौंदिया, याद करा तेनु हर बेड़े, तुम बाबा जिदा ताल मां बिच बेड़े, तुम बाबा जिदा ताल मां बिच बेड़े, तुम बाबा जिदा ताल मां पेक्या दा कर खुलम खुला, पेक्या दा कर खुलम खुला, सौरें दे पीड़ी था बेना मैं ना बस दी, कपत्ती तेरी मां बेना मैं ना बस दी, कपत्ती तेरी मां। बहुत सोना, बहुत सोना जी, वधिया जी वधिया, और कुछ सुनाओगे? बहुत वधिया, तुसी सुनाओ। नचण दियां तूं करे दलीला, नचण दियां तूं करे दलीला, लहंगा जामणी पाया नी, अक्क चपेरे घुमदी तेरी, अक्क चपेरे घुमदी तेरी, मत्ते टिक्का सजाया नच मलकी तुरे, पिंड देखण नूं आया नच मलकी तुरे, पिंड देखण नूं आया नच मलकी तुरे, पिंड देखण नूं आया नच मलकी तुरे। अच्छा वदिया जी, वदिया जी, बहुत ही हाँ जी हाँ जी हाँ जी हाँ जी हाँ जी, ओके सत श्री अकाल, ओके जी, टेक केयर, थैंक यू वेरी मच, थैंक्स अ लॉट। हेलो सत श्री अकाल जी। हेलो, हाँ जी जी, हाँ जी, हाँ जी, सुनाओगे कुछ तुसी? हाँ जी हाँ जी जी, सुनाओ जी, की सुनाओगे तुसी? असी बोली सुनाउनी है जी। हाँ सुनाओ जी, बोली सुनाओ जी, की हाल है? अच्छा जी जी, सुनाओ। सोनी कुड़िए नचण वालिए, सोनी कुड़िए नचण वालिए, नचदी लगे प्यारी नी तू, नचदी लगे प्यारी नी, जा कुंड कढ़दी बहुती सोनी, जा कुंड कढ़दी काणी नी, तू ता मैनू लगे मजाजण, कुंड चो आप पछाणी, उठ के नचलनी वणगद्यां दी राणी, उठ के नचलनी वणगद्यां दी राणी, उठ के नचल जी। सतविंदर कुड़ी आसे नी देखती, पासे नी देखती, सामने घर वाल देखती, निगाह टका के नी, एस डी ओ आ गया, संगल तड़ाके नी, एस डी ओ आ गया, संगल तड़ाके, एस डी ओ आ गया, जबरदस्त। दिल भी लगा और संगल तड़ा के आ गया, वेखो दिल चले। और सुनाओगे? ओ चले गए ने, चल गए, हाँ मेरे ख्याल चले गए ने। ओके जी, अगर तुसी दोबारा कॉल करना चाहो तो तुसी दोबारा कॉल कर सकते हो, तुहानू कोई और बोली याद है, नहीं तो अपने असी कॉलरस का इंतजार करते पे, प्रोग्राम मावा तियां दी गल्लां जारी है अपना पंजाब टीवी तो 3 to 4 बजे, और प्रोग्राम 4 बजे तक जारी रहना, थोड़ी कॉल का इंतजार है, कॉल करो और अपनिया प्यारिया प्यारिया बोलियां टप्पे घोड़ियाँ या फिर सेरे साढ़े नाल शेयर करो, क्योंकि तुहाडा प्रोग्राम है मावा धियां दीआं गल्लां जिहड़ा जारी रहना है 3 to 4 बजे। तो मैं तो सिंदर जी बैठे हुए अपनी भैन दियां बोलियां सुनने नूं, होर अज असी ने गल्लां करनियां, जिहड़ा अज उहनां दियां सुननियां, हां जी वधिया साना, हां जी गुड आफ्टरनून, सत श्री अकाल जी, की सुनाओगे तुसी? सत श्री अकाल जी, और सत श्री अकाल जी, कैसे विचार, ठीक ठाक? बहुत सोहना वाली, तुसी सुनाओ की हाल चाल? तुहानू वेख के मैं उंजी बिलकुल खुश हो जानी, असीं तुहाडी आवाज सुन के खुश हो जाने आ, हां जी हां जी, सुनाओ जी, होर की सुनाओ जी, सुनाओ जी, मैं बोली सुनाउनी इक अद्धी, सुनाओ जी, सुनाओ जी, हां जी हां जी,
ਗੱਡੇ ਗਡੀਰੇ ਵਾਲਿਆ ਗੱਡਾ ਹੌਲੀ ਹੌਲੀ ਤੋਰ ਮੇਰੀਆਂ ਹਿੱਲਣ ਕਨਾਂ ਦੀਆਂ ਵਾਰੀਆਂ ਹਲਾਰੇ ਖਾਂਦੇ ਪੂਰ ਮੇਰਾ ਮਾਈ ਪਤੰਗ ਮੈਂ ਪਤੰਗ ਦੀ ਡੋਰ ਮੇਰਾ ਮਾਈ ਪਤੰਗ ਤੇ ਮੈਂ ਪਤੰਗ ਦੀ ਡੋਰ ਹੋਰ ਮੈਨੂੰ ਭੈਣ ਜੀ ਨੇ ਸੂਰ ਪਾਇਆ ਨਾ ਮੈਨੂੰ ਵੇਖ ਕੇ ਬੋਲੀ ਚੇਤੇ ਆ ਗਈ ਅੱਜ ਖੱਟੀ ਚੁੰਨੀ ਲੈ ਕੇ ਤੇ ਮੈਂ ਤਾਰ ਗਾਉਣ ਜਾਨੀ ਆ ਖੱਟੀ ਚੁੰਨੀ ਲੈ ਕੇ ਤੇ ਮੈਂ ਤਾਰ ਚੋਣ ਜਾਨੀ ਆ ਖੱਟੀ ਚੁੰਨੀ ਨੇ ਮੇਰਾ ਗਾਲ ਕੁੱਟਿਆ ਨੀ ਮੈਂ ਕੱਟੇ ਦੇ ਭੋਲੇ ਕੇ ਛੜਾ ਜੇਠ ਕੁੱਟਿਆ ਨੀ ਮੈਂ ਕੱਟੇ ਦੇ ਭੋਲੇ ਕੇ ਛੜਾ ਜੇਠ ਕੁੱਟਿਆ ਚੰਗਾ ਲੜਕੇ ਕਾਲਾ ਹੋਊਗਾ ਮੈਂ ਵੀ ਸੋਚਦੀ ਸੀ ਮੈਂ ਬੂਹ ਨੀ ਬੋਲੀ ਬਾਬਲੇ ਨੇ ਵਾਰ ਡੋਲਿਆ ਜਿਹਨੂੰ ਪੱਗ ਬੰਨਣੀ ਨਾ ਆਵੇ ਨੀ ਬਾਬਲੇ ਨੇ ਵਾਰ ਡੋਲਿਆ ਜਿਹਨੂੰ ਪੱਗ ਬੰਨਣੀ ਨਾ ਆਵੇ ਸੋਟਾ ਨੀ ਬਾਬਲੇ ਨੇ ਵਾਰ ਡੋਲਿਆ ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ ਨੀ ਬਾਬਲੇ ਨੇ ਵਾਰ ਡੋਲਿਆ ਪੜ੍ਹਨ ਸਕੂਲੇ ਜਾਏ ਪਰੀਤੋ ਪੜ੍ਹਨ ਸਕੂਲੇ ਜਾਏ ਪਰੀਤੋ ਮਗਰੇ ਜਾਏ ਨਰੈਣਾ ਅਨਪੜ੍ਹ ਕੁੜੀਆਂ ਦਾ ਸਾਕ ਕਿਸੇ ਨਹੀਂ ਲੈਣਾ ਅਨਪੜ੍ਹ ਕੁੜੀਆਂ ਦਾ ਫਿਰ ਸਹੀ ਹੁਣ ਦੁਬਾਰਾ ਫਿਰ ਆ ਗਏ ਸਹੀ ਪਰਵਰਿਸ਼ ਕਰੋਗੇ ਉਦੋਂ ਹੀ ਮੁਮਕਿਨ ਹੈ ਜਦ ਤੁਹਾਡੇ ਕੋਲ ਆਪਣੀ ਨੌਲੇਜ ਹੋਏਗੀ ਤੁਸੀਂ ਆਪ ਹੀ ਐਜੂਕੇਟਿਡ ਹੋਵੋਗੇ ਤੇ ਬਹੁਤ ਹੀ ਜ਼ਰੂਰੀ ਹੈ ਬੜੇ ਪਿਆਰੇ ਉਹਨਾਂ ਨੇ ਖੂਬਸੂਰਤ ਟੱਪੇ ਦੇ ਟੱਪੇ ਕਹੇ ਹਾਂ ਕਹਿ ਦਿੱਤਾ ਵੀ ਹੈ ਨਾ ਇਹ ਮੈਸੇਜ ਹੈ ਇਹ ਤਾਂ ਕਾਈਂਡ ਆਫ ਮੈਸੇਜ ਹਾਂ ਇਹ ਤਾਂ ਹੈਗਾ ਹੀ ਹਾਂ ਹਲੋ ਜੀ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਹੋ ਤੁਸੀਂ ਹਾਂ ਇਹ ਦੁਬਾਰਾ ਆ ਗਈ ਮੈਂ ਹਾਂ ਜੀ ਆਇਆਂ ਨੂੰ ਹਾਂ ਜੀ ਬੋਲੀ ਸੁਣਾਉਂਦੇ ਹਾਂ ਸੁਣਾਓ ਜੀ ਬੋਲੀ ਸੁਣਾਓ ਮੇਰੀ ਸੱਸ ਬੜੀ ਕਪੱਤੀ ਮੇਰੀ ਸੱਸ ਬੜੀ ਕਪੱਤੀ ਮੈਨੂੰ ਪਾਉਣ ਦੇਵੇ ਜੁੱਤੀ ਮੈਂ ਤਾਂ ਜੁੱਤੀ ਪਾਉਣੀ ਹੈ ਮੁੰਡਿਆ ਰਾਜੀ ਰਾਜਾ ਗੁੱਸੇ ਤੇਰੀ ਮਾਂ ਖੜਕਾਉਣੀ ਹੈ ਮੁੰਡਿਆ ਰਾਜੀ ਰਾਜਾ ਗੁੱਸੇ ਤੇਰੀ ਮਾਂ ਖੜਕਾਉਣੀ ਹੈ ਕਮਰਾ ਲੈ ਲਿਆਈ ਚੜਿਆ ਹਲੇ ਮੇਟੋਲਾ ਸਾਡਾ ਸਵੇਰ ਪਵੇ ਕਮਰਾ ਲੈ ਲਿਆਈ ਚੜਿਆ ਹਲੇ ਮੇਟੋਲਾ ਸਾਡਾ ਸਵੇਰ ਪਵੇ ਇੱਕ ਛੜਾ ਕਹਿੰਦਾ ਤੈਨੂੰ ਕਾਂਟੇ ਮੈਂ ਕਰਾ ਦਿਆਂ ਇੱਕ ਛੜਾ ਕਹਿੰਦਾ ਤੈਨੂੰ ਕਾਂਟੇ ਮੈਂ ਕਰਾ ਦਿਆਂ
दूजा छड़ा कहना तेरे कन्ना विच पा दिया, तीजा छड़ा कहना बल्ले बल्ले टोला तेनू सवर पवे, सकौरा लै लिया चढ़िया महले टोला तेनू सवर पवे। बहुत ही सोना जी, बहुत ही बढ़िया, थैंक यू जी। कुछ ना हो गया? रोन बिल्लियां रन्ना वाले रोन न्याणे। हेलो जी, सत श्री अकाल, कौन बोल रहे? हां जी, सत श्री अकाल जी। सत श्री अकाल जी। हां जी जी, की सुनाओगे तुसी? हरिया कपाह खोल लगी देसी रात नरिया कपाह खोल लग देसी रात न तुसी चलो जी असिया मांगे बसाख नो, तुसी चलो जी असिया मांगे बसाख नो। उम्र गोले सिंगा मापिया दे बूरे, उम्र गोले सिंगा मापिया दे बूरे। बहुत बढ़िया, बहुत ही सोनी जी, बहुत ही बढ़िया। उम्र गोले ਚੰਨਾ ਮਾਪਿਆਂ ਦੇ ਸੋਨੇ, ਮਾਂ ਮਾਪਿਆਂ ਦੇ ਬੂਹੇ, ਤੇ ਮਾਪਿਆਂ ਦੇ ਬੂਹੇ ਜਿੰਦੇ ਰਹਿਣ, ਮਾਪੇ ਵੀ ਜਿੰਦੇ ਰਹੋ ਤੁਸੀਂ ਵੀ, ਔਰ ਉਮਰਾਂ ਨਾ ਗਵਾਓ ਤੇ ਛੇਤੀ ਛੇਤੀ ਆਪਣਾ ਬਰ ਲਵੋ ਤੇ ਆਪਣੇ ਆਪਣੇ ਘਰਾਂ ਵਾਲੇ ਹੋ ਜਾਓ। ਘਰ ਵਾਲਾ ਤਾਂ ਉਹੀ ਤਦੇ ਬਣਦਾ ਜਦੋਂ ਵਿਆਹ ਹੁੰਦਾ, ਘਰ ਵਾਲੀ ਵੀ ਤਾਂ ਹੀ ਬਣਦੀ ਹੈ, ਤਦੇ ਬਣਦੇ ਨੇ, ਉਸ ਤਰ੍ਹਾਂ ਹੀ ਬਣਦੇ ਨੇ। ਅੱਜ ਕੱਲ੍ਹ ਤੇ ਬਹੁਤ ਨੇ ਮੈਰਿਜ ਦੇ ਤਰੀਕੇ ਨੇ ਜਿਹੜੇ ਮਾਡਰਨ ਨੇ, ਕਈ ਤਰੀਕੇ ਤਾਂ ਐਸੇ ਹੋ ਗਏ ਨੇ, ਕੁੜੀਆਂ ਕੁੜੀਆਂ ਨਾਲ ਤੇ ਮੁੰਡਿਆਂ ਮੁੰਡਿਆਂ ਨਾਲ ਰਹਿੰਦੇ ਨੇ, ਤੇ ਬਸ ਦੁਨੀਆ ਬਦਲ ਗਈ ਹੈ, ਦੁਨੀਆ ਬਦਲ ਗਈ ਹੈ। ਲੇਕਿਨ ਇੱਕ ਸੈਟੀਸਫਾਈਡ ਲਾਈਫ ਉਹੀ ਹੈ ਕਿ ਜਿਹਦੇ ਤੁਸੀਂ ਮੀਆਂ ਬੀਵੀ ਮਿਲ ਕੇ ਰਹੋ, ਔਰ ਤੁਸੀਂ ਸਪੈਸ਼ਲੀ ਮੈਂ ਇਸ ਕੋਵਿਡ ਪੀਰੀਅਡ 'ਚ ਵੇਖਿਆ ਕਿ ਜਿਹੜੀਆਂ ਗਰਲਸ ਫਰੈਂਡਸ ਹਨ ਨਾ, ਤੇ ਤੁਸੀਂ ਵੇਖੋ ਕਿ ਸਾਰੀਆਂ ਗਰਲ ਫਰੈਂਡ ਚਲੀਆਂ ਗਈਆਂ ਛੱਡ ਕੇ, ਤੇ ਕੌਣ ਕੰਮ ਆਇਆ? ਆਪਣੇ ਘਰ ਵਾਲੇ ਲੋਕ, ਘਰ ਵਾਲੇ ਕੰਮ, ਜਿਹੜੀਆਂ ਬੀਵੀਆਂ ਨੇ ਉਹੀ ਤੁਹਾਡੇ ਕੰਮ ਆਈਆਂ ਨੇ ਨਾ। ਤੇ ਹੈਲੋ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੁਸੀਂ? ਮੈਂ ਜਗਜੀਤ ਕੌਰ, ਫੇਰ ਆ ਗਈ ਦੁਬਾਰਾ। ਜਗਜੀਤ ਕੌਰ ਜੀ, ਆਓ ਜੀ, ਵੈਲਕਮ ਵੈਲਕਮ। ਹਾਂਜੀ, ਮੈਂ ਬੋਲੀ ਸੁਣਾਉਣੀ ਆ। ਸੁਣਾਓ ਜੀ, ਕੀ ਸੁਣਾਓਗੇ? ਬੋਲੀ ਸੁਣਾਉਣੀ ਆ। ਜੇਠ ਜਠਾਣੀ ਚਾਸੀ ਪੀਂਦੇ, ਜੇਠ ਜਠਾਣੀ ਚਾਸੀ ਪੀਂਦੇ, ਪੀਂਦੇ ਪੀਂਦੇ ਲੜਪੇ ਨੀ ਉੱਥੇ, ਗੋਲੀ ਤੇ ਗੜਬੀ ਖੜਕੇ ਨੀ ਉੱਥੇ, ਗੋਲੀ ਤੇ ਗੜਬੀ ਖੜਕੇ ਨੀ ਉੱਥੇ, ਗੋਲੀ ਤੇ ਗੜਬੀ ਖੜਕੇ ਨੀ ਉੱਥੇ, ਗੋਲੀ ਤੇ ਗੜਬੀ ਖੜਕੇ, ਵਾਹ ਬਈ ਵਾਹ। ਜੇਠ ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ, ਮੈਨੂੰ ਪੰਜ ਸੱਤ ਕਹਿ ਗਿਆ ਵਿੱਚ ਦਰਵਾਜੇ ਦੇ, ਮੁੱਛਾਂ ਚੜਾ ਕੇ ਬਹਿ ਗਿਆ ਨੀ ਵਿੱਚ ਦਰਵਾਜੇ ਦੇ, ਮੁੱਛਾਂ ਚੜਾ ਕੇ ਬਹਿ ਗਿਆ ਨੀ ਵਿੱਚ ਦਰਵਾਜੇ ਦੇ, ਮੁੱਛਾਂ ਚੜਾ ਕੇ ਬਹਿ ਗਿਆ। ਵਾਹ ਬਈ ਵਾਹ, ਬਹੁਤ ਵਧੀਆ ਜੀ, ਬਹੁਤ ਹੀ ਵਧੀਆ ਜੀ। ਹੋਰ? ਓਕੇ ਜੀ, ਓਕੇ, ਓ ਥੈਂਕ ਯੂ, ਥੈਂਕ ਯੂ, ਥੈਂਕ ਯੂ। ਮੈਂ ਤਾਂ ਜੇਠ ਨੂੰ ਜੀ ਜੀ ਕਰਦੀ ਤੇ ਉਹ ਜਿਹੜਾ ਵੇ ਮੁੱਛਾਂ ਚੜਾ ਕੇ ਬਹਿ ਗਿਆ, ਉਹਨੇ ਆਪਣਾ ਵੱਡਾਪਨ ਮਹਾਇਆ ਦਾ, ਕਿਉਂਕਿ ਉਹ ਆਂਦਾ ਮੈਂ ਵੱਡਾ ਵਾ, ਮੈਂ ਜੇਠ ਹਾਂ। ਔਰ ਜਿਹੜੇ ਵੱਡੇ ਹੁੰਦੇ ਨੇ ਉਹ ਛੋਟਿਆਂ ਨੂੰ ਡਾਂਟਦੇ ਹੀ ਰਹਿੰਦੇ ਨੇ, ਉਹਨਾਂ ਦੀ ਡਾਂਟ ਵਿੱਚ ਵੀ ਬਾਜ਼ਵਾਰੀ ਪਿਆਰ ਹੁੰਦਾ ਵੇ, ਔਰ ਉਹਨਾਂ ਦੀ ਡਾਂਟ ਵਿੱਚ ਵੀ ਅਕਲ ਹੁੰਦੀ ਹੈ, ਉਹ ਅਕਲ ਦੀ ਮੱਤ ਦੀ ਗੱਲ ਬਾਜ਼ਵਾਰੀ ਸਿਖਾਉਣਾ ਚਾਹੁੰਦੇ ਨੇ, ਹੁੰਦਾ ਨਾ ਇਸੇ ਤਰ੍ਹਾਂ ਇੱਦਾਂ ਹੁੰਦਾ, ਵੱਡਿਆਂ ਦੀ ਡਾਂਟ। ਤੁਸੀਂ ਆਉਂਦੇ ਤੇ ਆਵਾਂ ਕਿ ਵੱਡੇ ਨੇ ਡਾਂਟਿਆ ਜੀ, ਮਤਲਬ ਜਿਹਨੂੰ ਦੁੱਖ ਹੈ ਉਹੀ ਡਾਂਟਦਾ, ਉਹੀ ਡਾਂਟਦਾ, ਦੂਜੇ ਵੱਲੋਂ ਜੋ ਮਰਜ਼ੀ ਗਲਤ ਕਰੀ ਜਾਓ, ਹਨਾ, ਉਹ ਬਿਲਕੁਲ ਉਹੀ ਤਾਂ ਜਿਹੜਾ ਤੁਹਾਡੀ ਸਲਾਹ ਕਰਨਾ ਚਾਹੁੰਦਾ ਵੇ, ਜਿਹੜਾ ਤੁਹਾਡੇ ਦੁੱਖ ਸਮਝਦਾ ਵੀ ਇਹ ਗਲਤੀ ਨਾ ਹੋਵੇ, ਗਲਤੀ ਨਾ ਹੋਵੇ, ਉਹੀ ਤੁਹਾਨੂੰ
ਉਹੀ ਡਾਂਟਦਾ ਆ, ਉਹੀ ਡਾਂਟੇਗਾ ਔਰ ਉਹੀ ਮੱਤ ਦੇਵੇਗਾ, ਉਹੀ ਪਿਆਰ ਕਰੂਗਾ, ਉਹੀ ਪਿਆਰ ਕਰੇਗਾ। ਤੇ ਜਿਹੜਾ ਉਹ ਜਿਹੜੀ ਡਾਂਟ ਹੈ ਨਾ ਉਹਦੇ ਚ ਪਿਆਰ ਹੁੰਦਾ ਵੇ, ਤੁਹਾਡੀ ਸਲਾਹ ਹੁੰਦੀ ਹੈ, ਤੁਹਾਡੀ ਬੈਟਰਮੈਂਟ ਵਾਸਤੇ ਹੁੰਦਾ ਤਾਂ ਕਿ ਤੁਸੀਂ ਆਇਆ ਜਾਵੇ, ਤੁਸੀਂ ਕੋਈ ਗਲਤੀ ਨਾ ਕਰੋ, ਗਲਤੀ ਨਾ ਹੋਵੇ, ਤੇ ਉਹ ਬਹੁਤ ਹੀ ਅੱਛਾ ਵੇ। ਤੇ ਜੇ ਵਧੀਆ ਲੱਗਦਾ ਹੁਣ ਫਿਰ ਬੋਲੀਆਂ ਤਾਂ ਇਦਾਂ ਬਣਨੀਆਂ, ਐਸੇ ਬਣਨੀਆਂ, ਪਿਆਰਾ ਲੱਗਦੀਆਂ ਵਾ ਨਾ, ਯਾਨੀ ਉਹ ਸੋਹਣੀਆਂ ਲੱਗਦੀਆਂ, ਸੋਹਣੀਆਂ ਲੱਗਦਾ ਨਾ ਵੈਸੇ ਵੀ, ਜਿੱਦਾਂ ਹੁਣ ਨਹੀਂ ਅੱਗੇ ਛੜੇ ਜੇਠ ਹੁੰਦੇ ਸੀ, ਹਾਂ ਦੇ ਵਿਚਾਰਿਆਂ ਦੇ ਵਿਆਹ ਹੁੰਦੇ ਨਾ ਸੀ, ਐਵੇਂ ਲੋਕਾਂ ਦੀਆਂ ਮੰਜੀਆਂ ਚ ਵੱਜਦੇ ਸੀ ਚੱਲੀ ਜਾਣੀਆਂ। ਮਤਲਬ ਕਿਸੇ ਦੇ ਵੀ ਬੱਚੇ ਦੋ, ਇੱਕ ਭਰਾ ਇੱਕ ਭੈਣ ਆ, ਜੇ ਉਹ ਮਤਲਬ ਦੋ ਭਰਾ ਹੋ ਗਏ ਤੇ ਭੂਆ ਗਈ, ਉਧਰੋਂ ਮਾਸੀ ਹੈ ਨੀ, ਤਾਇਆ ਚਾਚਾ ਹੈ ਨੀ, ਕੁਛ ਵੀ ਨੀ ਰਿਸ਼ਤਾ। ਕਿੰਨੀ ਪਿਆਰੀਆਂ ਬੋਲੀਆਂ ਨੇ ਅਗਰ ਜਿਹੜੀਆਂ ਪੁਰਾਣੇ ਵਕਤਾਂ ਦੀਆਂ ਵਕਤਾਂ ਦੀਆਂ। ਹਾਂਜੀ ਹੈਲੋ ਜੀ, ਗੁੱਡ ਆਫਟਰਨੂਨ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ ਤੁਸੀਂ? ਹਾਂਜੀ ਹਾਂਜੀ, ਅਸੀਂ ਦੁਬਾਰਾ ਆ ਗਏ ਜੀ, ਜੀ ਆਇਆਂ ਨੂੰ, ਹਾਂਜੀ ਹਾਂਜੀ, ਗਾਣਾ ਸੁਣਾ ਦਿੰਦੇ ਤੁਹਾਨੂੰ ਹੁਣ। ਹਾਂਜੀ ਸੁਣਾਓ ਸੁਣਾਓ। ਹਾਂਜੀ ਅੱਜ ਬਣਾਈ ਚਾਹ ਪੜਕੇ ਹੋਰ ਬਣਾਵਾਂਗੇ, ਪਰਸੋਂ ਵਾਲੀ ਚਾਹ ਚ ਮਿੱਠਾ ਕਿੱਥੋਂ ਪਾਵਾਂਗੇ, ਅੱਜ ਬਣਾਈ ਚਾਹ ਪੜਕੇ ਹੋਰ ਬਣਾਵਾਂਗੇ, ਪਰਸੋਂ ਵਾਲੀ ਚਾਹ ਚ ਮਿੱਠਾ ਕਿੱਥੋਂ ਪਾਵਾਂਗੇ, ਸਹੁਰਾ ਕਹਿੰਦਾ ਨੂੰ ਗਲਾਸ ਭਰ ਦੇ, ਪਾਲੀ ਵਾਲਾ ਖੇਤ ਪਾਵੇਂ ਗਹਿਣੇ ਤਰ ਦੇ, ਅੱਜ ਬਣਾਈ ਚਾਹ ਪੜਕੇ ਹੋਰ ਬਣਾਵਾਂਗੇ, ਪਰਸੋਂ ਵਾਲੀ ਚਾਹ ਚ ਮਿੱਠਾ ਕਿੱਥੋਂ ਪਾਵਾਂਗੇ, ਸੱਸ ਕਹਿੰਦੀ ਨੂੰ ਗਲਾਸ ਭਰ ਦੇ, ਪੇਕਿਆਂ ਦਾ ਤਾਜ ਪਾਵੇਂ ਗਹਿਣੇ ਤਰ ਦੇ, ਅੱਜ ਬਣਾਈ ਚਾਹ ਪਲਕੇ ਹੋਰ ਬਣਾਵਾਂਗੇ, ਪਰਸੋਂ ਵਾਲੀ ਚਾਹ ਚ ਮਿੱਠਾ ਕਿੱਥੋਂ ਪਾਵਾਂਗੇ, ਬੱਚੇ ਕਹਿੰਦੇ ਮੰਮੀ ਤੂੰ ਗਲਾਸ ਭਰ ਦੇ, ਦਫ਼ਤਰ ਵਾਲਾ ਡੈਡੀ ਪਾਵੇਂ ਗਹਿਣੇ ਤਾਰ ਦੇ, ਅੱਜ ਬਣਾਈ ਚਾਹ ਪਲਕੇ ਹੋਰ ਬਣਾਵਾਂਗੇ, ਪਰਸੋਂ ਵਾਲੀ ਚਾਹ ਚ ਮਿੱਠਾ ਕਿੱਥੋਂ ਪਾਵਾਂਗੇ। ਬਹੁਤ ਹੀ ਅੱਛਾ ਲੱਗਿਆ, ਬਹੁਤ ਹੀ ਪਿਆਰਾ ਸੀ, ਖੂਬਸੂਰਤ ਟੱਪਾ ਸੀ। ਪਰਸੋਂ ਵਾਲੀ ਚਾਹ ਫਿੱਕੀ ਪੀ ਲਿਆ ਜੀ, ਕੋਈ ਗੱਲ ਆਹੋ ਗਹਿਣੇ ਨਾ ਕਿਸੇ ਨੂੰ ਵੀ ਰੱਖਿਓ, ਕਿਸੇ ਨੂੰ ਰੱਖਿਆ ਜੇ, ਤਾਜ ਵੀ ਕੋਲ ਰੱਖਿਆ ਜੇ, ਤੇ ਜਿਹੜਾ ਮਾਪਿਆਂ ਨੇ ਦਿੱਤੀਆਂ ਚੀਜ਼ਾਂ ਤੇ ਡੈਡੀ ਨੂੰ ਵੀ ਕੋਲ ਰੱਖੋ ਤੇ ਚਾਹ ਫਿੱਕੀ ਪੀ ਲਿਆ ਜੇ, ਬਸ ਇਹ ਮੇਰੀ ਸੁਜੈਸ਼ਨ ਹੈ, ਠੀਕ ਹੈ? ਤੇ ਯਾਦ ਰੱਖਿਆ ਜੇ, ਕਿਉਂਕਿ ਸਾਰੇ ਜੇ ਮਿਲ ਕੇ ਰਹੋਗੇ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਰਹਿੰਦੀਆਂ, ਤੇ ਤਦ ਹੀ ਜ਼ਿੰਦਗੀ ਖੂਬਸੂਰਤ ਔਰ ਮਜ਼ੇਦਾਰ ਹੋਏਗੀ। ਤੇ ਚਾਹ ਤਾਂ ਕੀ ਹੈ, ਚਾਹ ਤੇ ਫਿੱਕੀ ਵੀ ਪੀ ਜਾ ਸਕਦੀ ਹੈ, ਨਾਲ ਸ਼ੂਗਰ ਤੋਂ ਬਚੋਗੇ, ਸ਼ੂਗਰ ਤੋਂ ਬਚੋਗੇ, ਬਹੁਤ ਹੀ ਪਿਆਰੀ ਗੱਲ ਹੈ। ਤੇ ਇੱਕ ਜਿਹੜਾ ਨਾ ਉਹ ਫੇਰ ਗੱਲ ਕਰਨੀ ਹੈ ਜੀ, ਕੋਈ ਗੱਲ ਨਹੀਂ, ਓਕੇ। ਹੈਲੋ ਜੀ, ਗੁੱਡ ਆਫਟਰਨੂਨ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਤੁਸੀਂ? ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਗਾਣਾ ਸੁਣਾਉਣਾ ਜੀ, ਸੁਣਾਓ ਜੀ, ਸਿੱਠਣੀ ਸੁਣਾਉਣੇ, ਸਿੱਠਣੀ ਆਹੋ, ਸਿੱਠਣੀ ਸੁਣਾਓ ਜੀ, ਸਿੱਠਣੀ ਸੁਣਾਓ, ਅਸੀਂ ਸੁਣਨ ਵਾਸਤੇ ਬੈਠੇ ਹਾਂ ਤੁਹਾਡੀ ਸਿੱਠਣੀ। ਸਤਿੰਦਰ ਸਤਿੰਦਰ ਕੁੜੀਏ ਭਰ ਲਿਆ ਟੋਕਰਾ ਅਨਾਰਾਂ ਦਾ, ਕਿੱਥੇ ਲਾਏਂਗੀ ਕਿੱਥੇ ਲਾਏਂਗੀ ਇਹ ਪਿੰਡ ਸਰਦਾਰਾਂ ਦਾ, ਕਿੱਥੇ ਲਾਏਂਗੀ। ਬਹੁਤ ਵਧੀਆ ਜੀ, ਹਾਲ ਨੀ ਸਿਰ ਵਿੱਚ ਤਾਂ ਪੈ ਗਈਆਂ ਜੂਆਂ, ਜੂਨੀ ਰਾਵਣੀ ਸਿਰ ਵਿੱਚ ਤਾਂ ਪੈ ਗਈਆਂ ਜੂਆਂ, ਜੂਨੀ ਰਾਵਣੀ
ਵਾਹ ਜੀ ਵਾਹ, ਬਹੁਤ ਹੀ ਵਧੀਆ ਬਹੁਤ ਹੀ ਵਧੀਆ। ਤੇ ਸਿਰ ਚ ਪੈ ਗਈਆਂ ਜੁੜੀਆਂ, ਜੁਆਂ ਤੇ ਪਤਾ ਨੀ ਕੀ ਕਰਾਓ ਨੀ, ਤੇ ਜੁਆ ਜਿਹੜੀ ਉਹਨਾਂ ਦਾ ਇਲਾਜ ਹੈ ਵੀ ਅੱਜ ਕੱਲ ਲਾਈਸ ਕਿਲਰ ਮਿਲ ਜਾਂਦੇ ਨੇ, ਹੁਣ ਨਹੀਂ ਪੈਂਦੇ ਕਿਸੇ ਦੇ ਵੀ, ਬਹੁਤ ਸਹੀ ਹੈ। ਅਗਰ ਪੈ ਵੀ ਜਾਣ ਕੋਈ ਗੱਲ ਨਹੀਂ, ਲਾਈਸ ਕਿਲਰ ਅਵੇਲੇਬਲ ਹੈ, ਜੁਆ ਦਾ ਕੋਈ ਮਸਲਾ ਹੀ ਨਹੀਂ, ਮਸਲਾ ਹੀ ਨਹੀਂ। ਲਾਈਸ ਕਿਲਰ ਲਾਓ, ਸ਼ੈਂਪੂ ਲਾਓ, ਜੁਆ ਗਾਇਬ ਖਤਮ। ਤੇ ਬਹੁਤ ਹੀ ਪਿਆਰੀ ਸਿੱਠਣੀ ਸੀ, ਔਰ ਬੜਾ ਮਜ਼ਾ ਆਇਆ ਤੁਹਾਡੀ ਸਿੱਠਣੀ ਦਾ, ਔਰ ਆਪਣੀ ਟੀਵੀ ਆਪਣਾ ਪੰਜਾਬ ਟੀਵੀ ਤੋਂ ਪ੍ਰੋਗਰਾਮ ਜਾਰੀ ਹੈ ਮਾਵਾਂ ਧੀਆਂ ਦੀਆਂ ਗੱਲਾਂ, ਜਿਹੜੇ ਪ੍ਰੋਗਰਾਮ ਜਾਰੀ ਰਹਿੰਦਾ 3-4 ਵਜੇ, ਔਰ ਤੁਹਾਡੇ ਕਾਲਸ ਦਾ ਇੰਤਜ਼ਾਰ ਰਹੇਗਾ, ਕਾਲਸ ਕਰਨਾ ਨਾ ਭੁੱਲੋ। ਔਰ ਆਪਣੀਆਂ ਪਿਆਰੀਆਂ ਪਿਆਰੀਆਂ ਮਨ ਚਾਹੀਆਂ ਟੱਪੇ ਬੋਲੀਆਂ ਸਿਹਰੇ ਘੋੜੀਆਂ ਜਾਂ ਫਿਰ ਸਿੱਠਣੀਆਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ, ਕਿਉਂਕਿ ਤੁਹਾਡੇ ਜ਼ਰੀਏ ਇਹ ਪ੍ਰੋਗਰਾਮ ਦੇ ਜ਼ਰੀਏ ਲੋਕ ਜਿਹੜੇ ਟੀਵੀ ਵੇਖਦੇ ਨੇ ਫਿਰ ਉਹਨਾਂ ਤੱਕ ਇਹ ਸਾਰੀ ਆਵਾਜ਼ ਤੁਹਾਡੀ ਪਹੁੰਚੇਗੀ, ਔਰ ਅਸੀਂ ਇੰਤਜ਼ਾਰ ਕਰਦੇ ਪਏ ਤੁਹਾਡਾ ਆਪਣਾ ਪੰਜਾਬ ਟੀਵੀ 'ਤੇ। ਅੱਛਾ, ਇੱਕ ਮੈਂ ਵੀ ਇੱਕ ਛੋਟਾ ਸਾਰਾ ਗਾਣਾ ਨੂੰ ਯਾਦ ਕੀਤਾ ਸੀ, ਹਾਂ ਇਹ ਨਾ ਬੜਾ ਉਹ ਸੀ ਗਾਣਾ ਕਿਸੇ ਜ਼ਮਾਨੇ, ਚੰਦ ਦੇ ਆ ਟੁਕੜਾ, ਚੰਦ ਦੇ ਆ ਟੋਟਿਆ ਦਿਲਾਂ ਦੇ, ਚੰਨ ਦੇ ਆ ਟੋਟੇ ਆਵੇ ਦਿਲਾਂ ਦੇ ਆ ਖੋਟੇ ਆ, ਚੰਨ ਦੇ ਆ ਟੋਟੇ ਆਵੇ ਦਿਲਾਂ ਦੇ ਆ ਖੋਟੇ ਆ, ਚੰਨ ਦੇ ਆ ਟੋਟੇ ਆਵੇ ਦਿਲਾਂ ਦੇ ਆ ਖੋਟੇ ਆ, ਹੱਸ ਹੱਸ ਹੋਏ ਹੱਸ ਹੱਸ ਅੱਖਾਂ ਵਿੱਚੋਂ ਝੂਠ ਪਿਆ ਮਾਰਨਾ ਏ, ਹੱਸ ਹੱਸ ਅੱਖਾਂ ਵਿੱਚੋਂ ਝੂਠ ਪਿਆ ਮਾਰਨਾ, ਸਾਨੂੰ ਵੀ ਤੂੰ ਟਾਰਨਾ ਏ, ਚੰਨ ਦੇ ਆ ਉਹ ਚੰਨ ਦੇ ਆ ਟੋਟੇ ਆ ਉਹ ਦਿਲਾਂ ਦੇ ਆ ਖੋਟੇ ਆ, ਚੰਨ ਦੇ ਆ ਟੋਟੇ ਆ ਉਹ ਦਿਲਾਂ ਦੇ ਆ ਖੋਟੇ ਆ, ਓ ਬਹੁਤ ਵਧੀਆ, ਚੰਨ ਦੇ ਆ ਟੋਟੇ ਆ ਉਹ ਦਿਲਾਂ ਦੇ ਆ ਖੋਟੇ ਆ, ਅੱਖਾਂ ਵਿੱਚੋਂ ਹੱਸ ਹੱਸ ਓਏ ਅੱਖਾਂ ਵਿੱਚੋਂ ਹੱਸ ਹੱਸ ਝੂਠ ਪਿਆ ਮਾਰਨਾ ਏ, ਅੱਖਾਂ ਵਿੱਚੋਂ ਹੱਸ ਹੱਸ ਝੂਠ ਪਿਆ ਮਾਰਨਾ, ਸਾਨੂੰ ਵੀ ਤੂੰ ਚਾਰਨਾ ਏ, ਚੰਨ ਦੇ ਆ ਟੋਟਿਆ ਫਿਰ ਅੱਗੇ ਬਾਅਦ ਕਾਲ ਲਈ। ਹਾਂਜੀ ਹਾਂਜੀ, ਸੁਣਨੀ ਮਾਏ ਮੇਰੀ ਤੈਨੂੰ ਦੇ ਗੱਲ ਸੁਣਾਵਾਂ ਆਣਦਿਆਂ ਸਭਿਆਂ ਗਈਆਂ ਮੇਰੇ ਦਿਲ ਵਿੱਚ ਚਾਹ ਨੀ, ਲੁਧਿਆਣੇ ਮੁੰਡਾ ਫੜਦਾ ਮੈਨੂੰ ਉਹਦੇ ਨਾਲ ਵਿਆਹ, ਨੀ ਲੁਧਿਆਣੇ ਮੁੰਡਾ ਫੜਦਾ ਮੈਨੂੰ ਉਹਦੇ ਨਾਲ ਵਿਆਹ। ਇੱਕ ਹੋਰ ਸੁਣਾਉਣੀ, ਕਿੱਦਾਂ ਪਿਆਰਾ ਮੁੰਡਾ, ਚੁੱਡਾ ਸੋਹਣਾ ਲੱਗਦਾ ਲੁਧਿਆਣੇ ਦਾ ਮੁੰਡਾ। ਹਾਂਜੀ ਹਾਂਜੀ, ਇੱਕ ਹੋਰ ਸੁਣਾਉਣੀ, ਆਣਦੀਆਂ ਸਭਿਆਈਆਂ ਗਈਆਂ ਮੇਰੀ ਪਤਾ ਨੀ ਹੋਇਆ ਕੀ ਤਕਦੀਰ ਨੂੰ, ਦੇਖ ਭਾਂਡੇ ਤਵੇ ਮੇਰੀ ਹੱਥਾਂ ਦੀ ਲਕੀਰ ਨੂੰ, ਦੇਖ ਭਾਂਡੇ ਤਵੇ ਮੇਰੀ ਹੱਥਾਂ ਦੀ ਲਕੀਰ ਨੂੰ। ਬਹੁਤ ਹੀ ਵਧੀਆ ਬਹੁਤ ਹੀ ਵਧੀਆ ਬਹੁਤ ਹੀ ਵਧੀਆ, ਥੈਂਕ ਯੂ ਵੈਰੀ ਮਚ। ਹੋਰ ਕੁਛ ਸੁਣਾਓਗੇ? ਤੁਸੀਂ ਆਉਣ ਵਾਲਾ ਵਕਤ ਉਹਨਾਂ ਦੇ ਨਾਲ ਗੁਜ਼ਾਰਨਾ ਹੈ ਤਾਂ ਅਗਰ ਤੁਹਾਨੂੰ ਬੰਦਾ ਪਸੰਦ ਹੈ ਲੁਧਿਆਣੇ ਵਾਲਾ ਬੰਦਾ ਪੰਡਿਤ ਵੀ ਗਲੀਆਂ ਚ ਆਉਂਦੇ ਹੁੰਦੇ ਸੀ, ਗਲੀਆਂ ਚ ਆ ਜਾਂਦੇ ਸੀ, ਔਰ ਦੂਸਰਾ ਇਹ ਕਿ ਲੋਕ ਐਕਸਪਰਟ ਕਈ ਝੂਠ ਸੱਚ ਹੀ ਦੱਸ ਦੇਣਾ, ਸੱਚ ਥੋੜੀ ਹੁੰਦਾ ਸੀ, ਸੱਚ ਥੋੜੀ ਹੁੰਦਾ ਸੀ, ਕਈ ਕਿਸੇ ਇੱਕ ਦਾ ਸੱਚ ਹੋ ਜਾਣਾ ਕਿਸੇ ਦਾ, ਬਾਕੀਆਂ ਦਾ ਕਹਿਣਾ ਬਹੁਤ ਚੰਗਾ ਬਹੁਤ ਚੰਗਾ, ਐਵੇਂ ਤੁੱਕੇ ਲੱਗ ਜਾਣਾ, ਐਵੇਂ ਤੁੱਕਿਆਂ ਦਾ ਹੀ ਹੋ ਜਾਣਾ, ਤੁੱਕਿਆਂ ਦਾ ਹੋ ਜਾਂਦਾ ਹੋ ਜਾਣਾ। ਤੇ ਜਿਹੜਾ ਗਾਣਾ ਸੀ ਚੰਨ ਦੀਆਂ ਟੋਟਿਆ ਦਿਲਾਂ ਦੀਆਂ ਖੋਟਿਆ, ਚੰਨ ਦੇ ਆ ਟੋਟੇ ਆਵੇ ਦਿਲਾਂ ਦੇ ਆ ਖੋਟੇ ਆ, ਚੰਨ ਦੇ ਆ ਟੋਟੇ ਆਵੇ ਦਿਲਾਂ ਦੇ ਖੋਟੇ ਆ, ਮੈਂ ਆ ਤੇਰੇ ਹਾਣ ਦੀ, ਮੈਂ ਆ ਤੇਰੇ ਹਾਣ ਦੀ ਮੈਂ ਚੰਗੀ ਤਰ੍ਹਾਂ ਜਾਣਦੀ ਓਏ, ਮੈਂ ਆ ਤੇਰੇ ਹਾਣ ਦੀ ਮੈਂ ਚੰਗੀ ਤਰ੍ਹਾਂ ਜਾਣਦੀ ਓਏ, ਮੈਂ ਆ ਤੇਰੇ ਹਾਣ ਦੀ ਮੈਂ ਚੰਗੀ ਤਰ੍ਹਾਂ ਜਾਣਦੀ,
ਝੂਠੀ ਮੂਠੀ ਸਾਡੇ ਉੱਤੋਂ ਜਿੰਦ ਪਿਆ ਵਾਰ ਨਾ ਏ ਚੰਨ ਦਿਆ ਉਹ ਚੰਨ ਦਿਆ ਟੁੱਟਿਆ ਉਹ ਦਿਲਾਂ ਦਿਆ ਖੋਟਿਆ ਚੰਨ ਦਿਆ ਟੁੱਟਿਆ ਉਹ ਦਿਲਾਂ ਦਿਆ ਖੋਟਿਆ ਝੂਠੀ ਮੂਠੀ ਸਾਡੇ ਉੱਤੋਂ ਜਿੰਦ ਪਿਆ ਵਾਰ ਨਾ ਏ ਚੰਨ ਦਿਆ ਉਹ ਚੰਨ ਦਿਆ ਟੁੱਟਿਆ ਉਹ ਦਿਲਾਂ ਦਿਆ ਖੋਟਿਆ ਚੰਨ ਦਿਆ ਟੁੱਟਿਆ ਬੂਟ ਤੇਰਾ ਚਮਕੇ ਵੇ ਬੂਟ ਤੇਰਾ ਚਮਕੇ ਵੇ ਰੁਮਾਲ ਤੇਰਾ ਮਹਿਕੇ ਵੇ ਬੂਟ ਤੇਰਾ ਚਮਕੇ ਵੇ ਰੁਮਾਲ ਤੇਰਾ ਮਹਿਕੇ ਵੇ ਬੂਟ ਤੇਰਾ ਚਮਕੇ ਵੇ ਰੁਮਾਲ ਤੇਰਾ ਮਹਿਕੇ ਵੇ ਖੰਗੀ ਤੇਰੇ ਖੀਸੇ ਵਿੱਚ ਬੋਧੇ ਪੇ ਸਵਾਰ ਨਾ ਏ ਚੰਨ ਦਿਆ ਉਹ ਚੰਨ ਦਿਆ ਟੁੱਟਿਆ ਉਹ ਦਿਲਾਂ ਦਿਆ ਖੋਟਿਆ ਚੰਨ ਦਿਆ ਟੁੱਟਿਆ ਉਹ ਦਿਲਾਂ ਦਿਆ ਖੋਟਿਆ ਛੂਟੀ ਛੂਟੀ ਅੱਖਾਂ ਵਿੱਚੋਂ ਓਏ ਅੱਖਾਂ ਵਿੱਚੋਂ ਛੂਟੀ ਛੂਟੀ ਓਏ ਅੱਖਾਂ ਵਿੱਚੋਂ ਛੂਟੀ ਛੂਟੀ ਦਿਲ ਪਿਆ ਵਾਰ ਨਾ ਚੰਨ ਦਿਆ ਟੁੱਟਿਆ ਚੰਨਾਂ ਦੇ ਟੋਟੇ ਕਈ ਹੁੰਦੇ ਨੇ ਰਾਹ ਚ ਮਿਲ ਜਾਂਦੇ ਸ਼ਰਾਰਤ ਅੱਖਾਂ ਚੋ ਹੱਸ ਹੱਸ ਝੂਠ ਪਿਆ ਮਾਰਨਾ ਵੇ ਸਾਨੂੰ ਵੀ ਤੂੰ ਚਾਰਨਾ ਏ ਤੇ ਸੱਚਾ ਪਿਆਰ ਹੋਣਾ ਚਾਹੀਦਾ ਸੱਚਾ ਪਿਆਰ ਹੋਣਾ ਚਾਹੀਦਾ ਪਿਆਰ ਮੁਹੱਬਤ ਜ਼ਿੰਦਗੀ ਦੀ ਅਲਾਮਤ ਏ ਔਰ ਖਾਸ ਤੌਰ ਤੇ ਜਦੋਂ ਤੁਸੀਂ ਇਸ ਰਿਲੇਸ਼ਨ ਚ ਵੱਧ ਜਾਂਦੇ ਹੋ ਜਦੋਂ ਮੀਆਂ ਬੀਵੀ ਦੇ ਰਿਲੇਸ਼ਨ ਚ ਹੋ ਜਾਂਦੇ ਹੋ ਤੁਹਾਨੂੰ ਇੱਕ ਦੂਜੇ ਦੇ ਨਾਲ ਬਹੁਤ ਹੀ ਯਾਨੀ ਪਿਆਰ ਮੁਹੱਬਤ ਨਾਲ ਪੇਸ਼ ਆਉਣਾ ਪਿਆਰ ਇਹ ਤੁਸੀਂ ਹਰ ਵੇਲੇ ਗਲੇ ਲੱਗੇ ਰਹੋ ਪਿਆਰ ਇਹ ਪਿਆਰ ਇਹ ਵੇ ਕਿ ਤੁਸੀਂ ਜਿਹੜਾ ਵੀ ਉਹਦੇ ਉਹਦੀ ਜ਼ਰੂਰਤਾਂ ਦਾ ਖਿਆਲ ਰੱਖੋ ਉਹਦੇ ਉਹਦੀ ਤਕਲੀਫਾਂ ਦਾ ਖਿਆਲ ਰੱਖੋ ਉਹਦੇ ਉਹਦੀ ਜਿਹੜੇ ਉਹਦੀ ਕੇਅਰ ਕਰੋ ਜਾਂ ਤੁਸੀਂ ਇੱਕ ਦੂਜੇ ਦੀ ਕੇਅਰ ਕਰੋ ਖਾਣਾ ਵਕਤ ਦੇਣਾ ਟਾਈਮ ਨਾਲ ਜੋ ਖੁਸ਼ ਹੋ ਕੇ ਖਾਂਦੇ ਕੱਪੜਾ ਲੀੜਾ ਧੋ ਪ੍ਰੈਸ ਕਰਕੇ ਰੱਖੋ ਧੋ ਪ੍ਰੈਸ ਕਰਨ ਨਾਲ ਮਾਰੀ ਨੂੰ ਸੈੱਟ ਕਰਨਾ ਜ਼ਰੂਰਤ ਇੱਕ ਦੂਜੇ ਦੀ ਜ਼ਰੂਰਤ ਦਾ ਖਿਆਲ ਕਰਨਾ ਇਹ ਨਹੀਂ ਕਿ ਬੀਵੀ ਤੁਹਾਡੀ ਨੌਕਰ ਵੀ ਨਹੀਂ ਬਣ ਜਾਂਦੀ ਲੇਕਿਨ ਇਹ ਕਿ ਤੁਸੀਂ ਇਹ ਵੀ ਨਾ ਸਮਝੋ ਕਿ ਮੈਂ ਉਹਦੀ ਨੌਕਰ ਹਾਂ ਬਲਕਿ ਤੁਸੀਂ ਆਪੇ ਸੋਚੋ ਕਿ ਇਹਨਾਂ ਚੀਜ਼ਾਂ 'ਚ ਬਾਅਦ ਵਾਰੀ ਹਾਂ ਨਹੀਂ ਫਰਜ਼ ਆ ਸਾਡੇ ਹਾਂ ਫਰਜ਼ ਆਪਣੇ ਫਰਜ਼ਾਂ ਨੂੰ ਸਮਝਣਾ ਚਾਹੀਦਾ ਸਾਰੇ ਲਿਆ ਗਲਾਸ ਕੱਚੀ ਲੱਸੀ ਰਾਣੀ ਤੇਰੇ ਹਾਣ ਦਾ ਪਟਿਆਲੇ ਮੁੰਡਾ ਦੱਸੀ ਰਾਣੀ ਤੇਰੇ ਹਾਣ ਦਾ ਸਤਿੰਦਰ ਕੁੜੀ ਨੇ ਸੁੱਤਣ ਸਵਾਈ ਕੁੰਦੇ ਚਾਰ ਰੱਖਦੀ ਪੱਟੀ ਸ਼ੌਂਕ ਦੀ ਪੱਟੀ ਸ਼ੌਂਕ ਦੀ ਅੱਤ ਚਿਰ ਵਾਲ ਰੱਖਦੀ ਪੱਟੀ ਸ਼ੌਂਕ ਦੀ ਥੈਂਕ ਯੂ ਜੀ ਪੱਟੀ ਸ਼ੌਂਕ ਦੀ ਹੱਥ ਚ ਰੁਮਾਲ ਰੱਖਦੀ ਮਤਲਬ ਪੱਟੀ ਸ਼ੌਂਕ ਦੀ ਹੱਥ ਚ ਰੁਮਾਲ ਫੜ ਕੇ ਰੱਖਦੀ ਜਿੱਦਾਂ ਹੁਣ ਇੱਥੇ ਤਾਂ ਰੁਮਾਲ ਦਾ ਰਿਵਾਜ ਨੀ ਹੈ ਹੈਂਕੀ ਹਾਂ ਇੰਡੀਆ ਪਰਮਾਲ ਗਰਮੀ ਤੋਂ ਜ਼ਿਆਦਾ ਰੱਖੀ ਦਾ ਸੀ ਨਾ ਜਾਂ ਸਰਦੀ ਵੀ ਹੋਵੇ ਹਾਂ ਨੋਜੀ ਏਦਾਂ ਹੋ ਜਾਣਾ ਬੜਾ ਸੋਹਣਾ ਗਾਣਾ ਹੁੰਦਾ ਸਜੇ ਰੇਸ਼ਮੀ ਰੁਮਾਲ ਵੀ ਉੱਤੇ ਤੇਰਾ ਨਾਂ ਲਿਖਿਆ ਮੈਂ ਬੜਿਆ ਚਾਵਾਂ ਨਾਲ ਤੇਰੇ ਲਈ ਰੇਸ਼ਮੀ ਰੁਮਾਲ ਤੇ ਯਾਨੀ ਪਿਆਰ ਮੁਹੱਬਤ ਸੀ ਕਿ ਰਮੇਸ਼ੀ ਰੁਮਾਲ ਕਿਸੇ ਜਾਣਾ ਉਹਦੇ ਵਾਸਤੇ ਲੈ ਕੇ ਆਉਣਾ ਔਰ ਉਹਦੇ ਤੇ ਸ਼ੌਪ ਦਾ ਨਾਮ ਲਿਖਣਾ ਨਾ ਹਾਂਜੀ ਹਾਂਜੀ ਇਹ ਸਭ ਜਿਹੜੀਆਂ ਦੇ ਪਿਆਰ ਮੁਹੱਬਤ ਦੀਆਂ ਗੱਲਾਂ ਸਨ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਤੁਸੀਂ ਸਤਿ ਸ਼੍ਰੀ ਅਕਾਲ ਹਾਂਜੀ ਦਿੱਲੀ ਪੈਕ ਤੋਂ ਬੋਲਦੇ ਆ ਹਾਂ ਦਿੱਲੀ ਪੈਕ ਵਾਲਿਓ ਕੀ ਹਾਲ ਤੁਹਾਡਾ ਠੀਕ ਹੈ ਵਧੀਆ ਆਪਣਾ ਸੁਣਾਓ ਜੀ ਕੀ ਸੁਣਾਓਗੇ ਹਾਂਜੀ ਬੋਲੀ ਤੁਹਾਨੂੰ ਸੁਣਾਓ ਜੀ ਬੋਲੀ ਸੁਣਾਓ ਜੀ ਸਾੜੀ ਲੈ ਦੇ ਹਰੇ ਲੱਪੇ ਵਾਲੀ ਪੀਲੇ ਲੱਪੇ ਵਾਲੀ ਮੁੰਡੇ ਆਸਿਆ ਕੋਟੀਆ ਸਾੜੀ ਲੈ ਦੂ ਹਰੇ ਲੱਪੇ ਵਾਲੀ ਪੀਲੇ ਲੱਪੇ ਵਾਲੀ ਦੀਏ ਵਿੱਚੋਂ ਪਾਸ ਹੋ ਜਮਾ ਸਾੜੀ ਰਹਿ ਗਈ ਹਰੇ ਲੱਪੇ ਵਾਲੀ ਪੀਲੇ ਲੱਪੇ ਵਾਲੀ ਤੇ ਦੀਏ ਵਿੱਚੋਂ ਫੇਲ ਹੋ ਗਿਆ ਸਾੜੀ ਰਹਿ ਗਈ ਲੱਤੇ ਵਾਲੀ ਪੀੜੇ ਲੱਤੇ ਵਾਲੀ ਦੀਏ ਵਿੱਚੋਂ ਫੇਲ ਹੋ ਗਿਆ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਜੀ ਇੱਕ ਹੋਰ ਪਾਵਾਂ ਹਾਂਜੀ ਪਾਓ ਜੀ ਇੱਕ ਹੋਰ ਪਾਓ ਜੀ ਨੀ ਮੈਂ ਨੱਚਦੀ ਨੱਚਦੀ ਆਵਾਂ ਨੱਚਦੀ ਨੱਚਦੀ ਆਵਾਂ
ਨੱਚਦੀ ਕਦੇ ਨਾ ਥੱਕਾ ਕਿਹੜਾ ਦੇ ਦੇ ਕੁੜੀ ਓ ਮੈਂ ਨੱਚ ਪੱਟਦੀ ਆ ਬੇੜਾ ਕੁੜੀਓ ਬਹੁਤ ਹੀ ਵਧੀਆ ਜੀ, ਮੈਂ ਨੱਚ ਪੱਟਦੇ ਆ ਵੇੜਾ ਕੁੜੀਓ ਤੇ ਵੇਖੋ ਜਰਾ ਕੱਚੇ ਵੇੜੇ ਹੁੰਦੇ ਸਨ, ਪੁੱਟੇ ਜਾਂਦੇ ਸਨ, ਪੱਟ ਹੋ ਜਾਂਦੇ ਸੀ, ਉਹਦੀ ਟਾਇਲਾਂ ਦੇ ਉੱਤੇ ਆਪਣੇ ਪੈਰ ਪੁੰਨੇ ਨੇ, ਟਾਇਲਾਂ ਦੇ ਉੱਤੇ ਜਦੋਂ ਤੁਸੀਂ ਨੱਚਣ ਲੱਗੇ ਨਾ ਤੇ ਤੁਹਾਡੇ ਆਪਣੇ ਪੈਰ ਜ਼ਖਮੀ ਹੋ ਜਾਣੇ ਨੇ, ਲੇਕਿਨ ਨੱਚਣਾ ਨਾ ਛੱਡੋ, ਇਹ ਤੇ ਰੌਣਕ ਹੈ, ਖੁਸ਼ੀਆਂ ਨੇ ਖੁਸ਼ੀਆਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ, ਇਹੋ ਜਿਹੇ ਮੌਕਾ ਹੋਏ ਤੇ ਕੋਈ ਮੇਰਾ ਖਿਆਲ ਕੋਈ ਵੀ ਨੀ ਬਹਿੰਦਾ ਆਰਾਮ ਨਾਲ, ਸਾਰੇ ਉਹ ਜਿਹੜੇ ਖੁਸ਼ੀ ਦੇ ਚਾ ਮੱਲੋ ਮੱਲੀ ਪੈਰ ਨੱਚਣੇ ਨੂੰ ਉੱਠਦੇ ਆ, ਮੱਲੋ ਮੱਲੀ ਬੱਦੋ ਬੱਦੀ ਸਾਰੇ ਜਿਹੜੇ ਨੇ ਉਹ ਨੱਚਣ ਵਿੱਚ ਸ਼ਾਮਿਲ ਉੱਠਦੇ ਆ, ਹਨਾ ਨਹੀਂ ਵੀ ਆਉਂਦਾ ਉਹ ਵੀ ਮਾੜਾ ਮਾਤਰ ਜੋ ਦਿਨ ਹੈਗਾ ਜੋ ਵੀ ਮਹਿਫਿਲ ਤਾਂ ਸਜਦੀ ਜਿੰਦੇ ਚ ਕੁੜੀ ਦੀ ਮਾਂ ਕੁੜੀ ਦੀ ਚਾਚੀ ਮਾਮੀ ਸਾਰਿਆਂ ਨੂੰ ਨਚਾਉਣ ਲਿਆ ਜਾਂਦਾ ਵੇ ਤੇ ਮੈਰਿਜ ਜਿਹੜੇ ਨੇ ਤੇ ਇੱਕ ਜਿਹੜਾ ਛੋਟਾ ਜਿਹਾ ਟੱਪਾ ਹੈ ਕੋਟ ਪੈਰਿਜ ਦਾ ਫੈਸ਼ਨ ਆ ਚੱਲਿਆ ਇਹ ਵੀ ਮੈਰਿਜ ਦੇ ਹਵਾਲੇ ਨੇ ਕੋਟ ਮੈਰਿਜ ਦਾ ਫੈਸ਼ਨ ਚੱਲਿਆ ਕੋਟ ਮੈਰਿਜ ਦਾ ਫੈਸ਼ਨ ਚੱਲਿਆ ਭੁੱਲ ਗਏ ਲੋਕੀ ਕਾਜ਼ੀ ਓਏ ਕੋਟ ਮੈਰਿਜ ਦਾ ਫੈਸ਼ਨ ਚੱਲਿਆ ਭੁੱਲ ਗਏ ਲੋਕੀ ਕਾਜ਼ੀ ਮਾਪੇ ਕੁਛ ਨਹੀਂ ਕਰ ਸਕਦੇ ਜਦ ਕੁੜੀ ਤੇ ਮੁੰਡਾ ਰਾਜ਼ੀ ਰਸਮਾਂ ਹਾਰ ਗਈਆਂ ਜਿੱਤ ਗਿਆ ਇਸ਼ਕ ਨੇ ਬਾਜ਼ੀ ਰਸਮਾਂ ਹਾਰ ਗਈਆਂ ਜਿੱਤ ਗਿਆ ਇਸ਼ਕ ਨੇ ਬਾਜ਼ੀ ਰਸਮਾਂ ਹਾਰ ਗਈਆਂ ਜਿੱਤ ਗਈ ਇਸ਼ਕ ਨੇ ਬਾਜ਼ੀ ਰਸਮਾਂ ਹਾਰ ਗਈਆਂ ਤੇ ਜਿੱਤ ਗਈ ਇਸ਼ਕ ਨਿਬਾਜ਼ੀ ਜਿੱਤ ਲਈ ਇਸ਼ਕ ਨਿਬਾਜ਼ੀ ਤੇ ਗੱਲ ਇਹ ਹੋ ਗਈ ਕਿ ਜਿਹੜਾ ਵੀ ਜਦੋਂ ਤੁਸੀਂ ਕੁੜੀ ਤੇ ਮੁੰਡਾ ਉਹ ਤਾਂ ਪਹਿਲਾਂ ਤੋਂ ਕਹਾਵਤ ਬਣੀ ਹੋਆ ਮੀਆਂ ਬੀਬੀ ਰਾਜੀ ਦਾ ਕੀ ਕਰੂ ਕਾਜੀ ਕੀ ਕਰੇਗਾ ਕਾਜੀ ਤੇ ਉਹ ਜਿਹੜਾ ਵੀ ਜਿਹੜਾ ਤੁਹਾਡੇ ਮਨ ਚ ਜਾਂ ਤੁਹਾਡੇ ਦਿਲ ਚ ਉਹਦਾ ਜ਼ਰੂਰ ਆਪਣੇ ਮਾਪਿਆਂ ਨੂੰ ਦੱਸੋ ਕਿ ਇਹ ਨਾ ਹੋਏ ਕਿ ਦੇਰ ਹੋ ਜਾਵੇ ਤੇ ਉਹ ਛੜਾ ਪਿਆ ਰੋਟੀਆਂ ਪਕਾਏ ਤੇ ਤੁਸੀਂ ਇੱਥੇ ਪਸੜੋ ਤੇ ਇਸ ਵਾਸਤੇ ਜਿਹੜਾ ਵੇ ਜਿਹੜਾ ਤੁਹਾਡੇ ਦਿਲ ਚ ਜ਼ਰੂਰ ਆਪਣੇ ਮਾਪਿਆਂ ਨੂੰ ਸਾਥ ਕਰ ਦੇਣਾ ਚਾਹੀਦਾ, ਦੱਸਣਾ ਚਾਹੀਦਾ ਤਾਂ ਕਿ ਤੁਹਾਡਾ ਵਕਤ ਨਾਲ ਤੁਸੀਂ ਆਪਣੇ ਆਪਣੇ ਘਰਾਂ ਵਾਲੇ ਹੋ ਜਾਓ ਔਰ ਬਾਕੀ ਤੇ ਦੁਨੀਆਂ ਦੇ ਕੰਮ ਚੱਲਦੇ ਰਹਿੰਦੇ ਨੇ, ਨਸੀਬ ਆਪਣੇ ਆਪਣੇ ਔਰ ਨਸੀਬ ਹੋਣ ਤੇ ਸਭ ਕੁਛ ਹੀ ਲੱਭ ਜਾਂਦਾ, ਸਾਰਾ ਕੁਛ ਮਿਲ ਜਾਂਦਾ, ਸਭ ਕੁਛ ਮਿਲ ਜਾਂਦਾ ਵੇ, ਬਾਜ਼ ਵਰੀ ਆਉਂਦੇ ਨੇ ਕਿ ਨਸੀਬਾਂ ਦਾ ਕਈ ਉਹ ਐਸੇ ਹੁੰਦੇ ਨੇ ਲੋਕ ਆਉਂਦੇ ਨੇ ਲੱਖ ਤੋਂ ਕੱਖ ਹੋ ਜਾਂਦੇ ਨੇ ਔਰ ਤੇ ਕਈ ਜਿਹੜੇ ਨੇ ਕੱਖ ਤੋਂ ਲੱਖ ਹੋ ਜਾਂਦੇ, ਰੰਗ ਦਾ ਕਾਲਾ ਹੋਵੇ ਕਰਮਾਂ ਦਾ ਕਾਲਾ, ਕਰਮਾਂ ਦਾ ਕਾਲਾ ਨਾ ਹੋਵੇ ਲੱਖ ਤੋਂ ਕੱਖ ਹੋ ਜਾਂਦਾ, ਯਾਨੀ ਕਿ ਤੁਸੀਂ ਵੇਖੋ ਨਾ ਭਾਵੇਂ ਤੁਸੀਂ ਆਪਣੇ ਵੱਲੋਂ ਬਹੁਤ ਤੁਸੀਂ ਬਿਹਤਰ ਸੋਚਦੇ ਹੋ ਲੇਕਿਨ ਬਾਜ਼ ਅਗਰ ਤੁਹਾਡੇ ਨਸੀਬਾਂ ਚੋਂ ਚੀਜ਼ਾਂ ਨਹੀਂ ਹੁੰਦੀਆਂ ਤੇ ਤੁਹਾਨੂੰ ਨਹੀਂ ਮਿਲਦੀਆਂ ਨਾ, ਔਰ ਬਾਜ਼ ਵੇਲੇ ਰੂੜੀ ਤੇ ਵੀ ਜਾਂਦੇ ਨੇ ਤੁਹਾਨੂੰ ਮਹਿਸੂਸ ਹੁੰਦਾ, ਏਦਾਂ ਹੋ ਜਾਂਦੀ ਹੁਣ ਕਈ ਵਾਰੀ ਵੱਡਾ ਘਰ ਵੀ ਆਪਣੀ ਬੱਚੀ ਲਈ ਟੋਲਦੇ ਆ ਉਹ ਬਾਅਦ ਵਿੱਚ ਗਰੀਬੀ ਹੋ ਜਾਂਦੇ ਆ, ਤੇ ਹਾਂ ਕਈ ਵਾਰੀ ਉਹ ਕੁਛ ਵੀ ਨਹੀਂ ਹੁੰਦਾ ਤੇ ਉਹਦੇ ਜਾਣ ਨਾਲ ਉੱਥੇ ਸਾਰਾ ਕੁਛ ਹੋ ਜਾਂਦਾ, ਕਿਸਮਤ ਆ ਹਨਾ, ਕਹਿਣਾ ਇਹ ਭਾਗਾ ਵਾਲੀ ਆਈ ਆ ਪੈਰਾਂ ਨਾਲ ਰਿਜਕ ਲੈ ਕੇ ਆਈ, ਪੈਰਾਂ ਨਾਲ ਰਿਜਕ ਲੈ ਕੇ ਆਈਏ ਲੇਕਿਨ ਫਿਰ ਵੀ ਜਦੋਂ ਜੀ ਮੈਂ ਗੱਲ ਕਰਨੀ ਹੈ ਕਿ ਜਦੋਂ ਮਾਪੇ ਜਦੋਂ ਵੀ ਆਪਣੇ ਧੀ ਪੁੱਤਰ ਨੂੰ ਵਿਆਹ ਤੇ ਹਮੇਸ਼ਾ ਲੋਕਾਂ ਦੇ ਕੁੜੀ ਉੱਥੇ ਛੱਡਣੀ ਚਾਹੀਦੀ ਜਿੱਥੇ ਕਾ ਹੋਵੇ, ਮਾਪਾ ਤਾਂ ਇੱਦਾਂ ਸੋਚਿਆ, ਯਾਨੀ ਕਿੱਡੀ ਖੂਬਸੂਰਤ ਮਿਸਾਲ ਹੈ ਕਿ ਤੁਸੀਂ ਦੇਖੋ ਇੱਕ ਘੋੜੀ ਇੱਕ ਜਾਨਵਰ ਹੈ ਉਹਨੂੰ ਵੀ ਇਨਸਾਨ ਉੱਥੇ ਛੱਡਦਾ ਉਸ ਮੈਦਾਨ ਵਿੱਚ ਛੱਡਦਾ ਜਿੱਥੇ ਕਾ ਹੋਵੇ, ਜਿੱਥੇ ਉਹ ਚਰ ਸਕੇ ਜਿੱਥੇ ਆਪਣਾ ਪੇਟ ਭਰ ਸਕੇ, ਠੀਕ ਹੈ, ਤੇ ਅਗਰ ਅਸੀਂ ਤੁਸੀਂ ਆਪਣੇ ਬੱਚੇ ਵਾਸਤੇ ਜਾਂ ਬੇਟੀ ਵਾਸਤੇ ਜਾਂ ਬੇਟੇ ਵਾਸਤੇ ਵੀ ਅਗਰ ਤੁਸੀਂ ਕੋਈ ਰਿਸ਼ਤਾ ਤਲਾਸ਼ ਕਰੋਗੇ ਤੇ ਹਮੇਸ਼ਾ ਇਹੋ ਜਿਹੀ ਚੀਜ਼ ਦੇਖੋ ਕਿ ਉਹ ਜਿਹੜੀ ਨੈਸੈਸਿਟੀ ਆਫ ਲਾਈਫ ਜਿੰਨਾ ਚਾਹੀਦਾ ਉਹਨੂੰ ਉਹ ਸੁੱਖ ਹੋਣਾ ਚਾਹੀਦਾ, ਬੇਸਿਕ ਨੈਸੈਸਿਟੀ ਆਫ ਲਾਈਫ ਜਿਹੜੀ ਉਹ ਪ੍ਰੋਵਾਈਡ ਤੁਸੀਂ ਜਿੰਨਾ ਤੁਸੀਂ ਉਹਨੂੰ ਕਰ ਸਕਦੇ ਹੋ ਨਾ ਉਹਨਾਂ ਜ਼ਰੂਰ ਕਰਨਾ ਚਾਹੀਦਾ, ਕਮ ਅਜ਼ ਕਮ ਆਪਣੇ ਲੈਵਲ ਤੋਂ ਜਾਂ ਆਪਣੇ ਅਪਰ ਲੈਵਲ ਤੋਂ, ਹਾਂ ਆਪਣੇ ਬਰਾਬਰ ਦਾ ਹੋਵੇ ਜਾਂ ਵੱਧ ਘੱਟ ਵੀ ਥੋੜਾ ਹੋਵੇ ਇੰਨਾ ਕੁ ਤਾਂ ਚੱਲ ਜਾਂਦਾ ਹੈ, ਗੱਲ ਇਹ ਤੇ ਜਿਹੜਾ ਵੀ ਥੋੜਾ ਬਹੁਤ ਚੱਲ ਜਾਣਾ ਚਾਹੀਦਾ ਲੇਕਿਨ ਬਿਲਕੁਲ ਆਪਣੀਆਂ ਬੱਚੀਆਂ ਨੂੰ ਜਾਂ ਬੱਚਿਆਂ ਨੂੰ ਨਾ ਰੋੜ ਦਵੋ, ਤੇ ਇਸ਼ਕ ਤੇ ਅੰਦਾ ਹੁੰਦਾ, ਇਸ਼ਕ ਅੰਦਾ ਹੁੰਦਾ, ਹਾਂ ਕਈ ਤੇ ਇਸ਼ਕ ਦੇ ਵਿੱਚ ਰੁੱਲ ਪੁੱਲ ਜਾਂਦੇ ਨੇ, ਇਹ ਤਾਂ ਹੈਗਾ ਜੀ ਜਿਹੜੀ ਪੁਰਾਣੀਆਂ ਦਾਸਤਾਨਾਂ ਨੇ ਹੀਰ ਰਾਂਝਾ ਸੱਸੀ ਪੁੰਨੂ ਸੋਨੂ ਮਹੀਵਾਲ ਲੈਲਾ ਮਜਨੂੰ ਤੇ ਸਾਰੀਆਂ ਜਿਹੜੀਆਂ ਨੇ ਇਸੇ ਤਰ੍ਹਾਂ ਦੀਆਂ ਸਨ ਨਾ ਮਿਸਾਲਾਂ ਕਿ ਜਿਹਨਾਂ ਨੇ ਇਸ਼ਕ ਵਿੱਚ ਆਪਣੀਆਂ ਜਾਨਾਂ ਲੁਟਾ ਦਿੱਤੀਆਂ ਨੇ ਤੇ ਜਿਹੜਾ ਵੇ ਜੇ ਉਹਨਾਂ ਦਾ ਸੱਚਾ ਪਿਆਰ ਸੀ ਅੱਜ ਕਿਸੇ ਵੀ ਬਣੇ ਆ ਹਨਾ, ਉਹ ਕਹਿੰਦੇ ਪਿਛਲੇ ਯਾਰ ਝਨਾ ਟੱਪ ਜਾਂਦੇ ਹੁਣ ਆੜ ਨੀ ਜਾਂਦੀ ਟੱਪੀ ਛੋਟੀ ਜਿਹੀ ਖਾਲੀ ਦੇਖ ਕੇ ਪਿੱਛੇ ਮੁੜ ਜਾਂਦੇ, ਪਤਾ ਕੀ ਲੋਕ ਜਿਹੜੇ ਨੇ ਨਾ ਯਾਨੀ ਕਿ ਉਹਨਾਂ ਲੋਕਾਂ ਚ ਸਿੰਸੀਅਰਿਟੀ ਸੀ ਉਸ ਸਿਸ਼ਕ ਸਿਦਕ ਸੀ
ਸਿੰਸੀਅਰ ਸਨ ਇੱਕ ਦੂਜੇ ਦੇ ਨਾਲ, ਯਾਨੀ ਕਿ ਅਗਰ ਉਹ ਇਸ਼ਕ ਸੀ ਤੇ ਉਹ ਸੱਚਾ ਪਿਆਰ ਸੀ, ਸਚਾਈ ਸੀ, ਮਰਨਾ ਜੰਮਣਾ ਇੱਕ ਥਾਂ ਸੀ ਉਹਨਾਂ ਦਾ। ਤੇ ਇਹ ਤੇ ਇਸ਼ਕ ਨਹੀਂ ਨਾ ਕਿ ਕਿਸੇ ਦੀ ਚੀਜ਼ ਵੇਖ ਕੇ ਇਸ਼ਕ ਕੀਤਾ ਤੇ ਚੀਜ਼ਾਂ ਖਤਮ ਤੇ ਇਸ਼ਕ ਹਟ ਗਿਆ, ਇਸ਼ਕ ਖਤ ਗਿਆ, ਇਹ ਚੀਜ਼ਾਂ ਨਹੀਂ। ਇਹ ਤੇ ਐਵੇਂ ਹੀ, ਇਹ ਤੇ ਵਕਤ ਇਹ ਤਾਂ ਟਾਈਮ ਪਾਸ ਆ, ਟਾਈਮ ਪਾਸ ਸੀ ਬਿਲਕੁਲ, ਬੜਾ ਪਿਆਰਾ ਵਰਡ ਇਸਤੇਮਾਲ ਕੀਤਾ, ਟਾਈਮ ਪਾਸ ਸੀ। ਇਹ ਤਾਂ ਫਿਰ ਉਹ ਹੀ ਹੋ ਗਿਆ ਨਾ, ਹਾਂ। ਤੇ ਮੇਰੀ ਅੰਮੀ ਇਹ ਦੱਸਦੇ ਹੁੰਦੇ ਸਨ ਕਿ ਮੇਰੇ ਮਤਲਬ ਇੱਕ ਐਵੇਂ ਇੱਕ ਮਿਸਾਲ ਹੁੰਦੀ ਸੀ ਕਿ ਸਾਉਣ ਭਾਦਰੋ ਦੀਆਂ ਪੰਮੀਰੀਆਂ, ਹਾਂਜੀ, ਇਹ ਕੁੜੀਆਂ ਜਿਹੜੀਆਂ ਨੇ, ਕਈ ਕੁੜੀਆਂ ਐਸੀਆਂ ਨੇ ਕਦੀ ਉਹ ਦਿਨ ਉੱਥੇ ਪੁੱਟ ਜਾ, ਕਦੀ ਉੱਥੇ ਪਹੁੰਚ ਜਾ, ਕਦੀ ਉੱਥੇ ਪਹੁੰਚ ਜਾ, ਤੇ ਬਿਲਕੁਲ ਐਂ ਦੀ ਅੱਖ ਨਾ ਕਰਨਾ ਜਿਵੇਂ ਸਾਉਣ ਭਾਦਰੋ ਦੀਆਂ ਪੰਮੀਰੀਆਂ ਹੁੰਦੀਆਂ ਨੇ, ਕਦੀ ਉਸ ਬੂਟੇ ਤੇ, ਕਦੀ ਉਸ ਬੂਟੇ ਤੇ, ਕਦੀ ਹੋਰ ਬੂਟੇ ਤੇ, ਤੇ ਇੱਕੋ ਜਿਹਾ ਬੂਟਾ ਲਵੋ, ਆਪਣਾ ਚੰਗਾ ਜਿਹਾ ਬੂਟਾ ਲਵੋ ਤੇ ਉੱਥੇ ਹੀ ਬਹੋ ਤੇ ਉੱਥੇ ਹੀ ਆਪਣਾ ਜੀਵਨ ਬਤੀਤ ਕਰੋ ਸਾਰਾ। ਉਹਦੇ ਵਿੱਚ ਸੱਚ ਸਿੱਧਕ ਪਰਮਾਤਮਾ ਵੀ ਸਾਥ ਦਿੰਦਾ, ਸਾਥ ਦਿੰਦਾ ਵੇ, ਬਿਲਕੁਲ ਸਾਰੀਆਂ ਖੁਸ਼ੀਆਂ ਮਿਲਦੀਆਂ, ਸਾਰੀਆਂ ਖੁਸ਼ੀਆਂ ਮਿਲਦੀਆਂ। ਤਾਂ ਹਮੇਸ਼ਾ ਜ਼ਿੰਦਗੀ ਸੱਚਾਈ ਉਦੋਂ ਹੀ ਮਿਲਦੀ ਜਦੋਂ ਤੁਹਾਡਾ ਫੈਸਲਾ ਸੱਚਾ ਤੇ ਬਿਹਤਰੀਨ ਹੋਵੇ। ਤੇ ਜਦੋਂ ਵੀ ਤੁਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਕਰੋ, ਚਾਹੇ ਤੁਸੀਂ ਅਗਰ, ਕਿਉਂਕਿ ਮੈਰਿਜ ਜਿਹੜੀ ਕੰਟੈਕਟ ਹੈ ਦੋ ਖਾਨਦਾਨਾਂ ਦੇ ਦਰਮਿਆਨ ਆ, ਜਾਂ ਬੇਸਿਕਲੀ ਦੋ ਅਫਰਾਦ ਦੇ ਦਰਮਿਆਨ, ਜਿੱਥੇ ਤੁਸੀਂ ਭਾਵੇਂ ਕੋਰਟ ਮੈਰਿਜ ਕਰੋ ਜਾਂ ਅਰੇਂਜ ਮੈਰਿਜ ਹੋਵੇ ਜਾਂ ਫਿਰ ਤੁਹਾਡੀ ਲਵ ਮੈਰਿਜ ਹੋਵੇ ਜਾਂ ਫਿਰ ਜਿਸ ਤਰ੍ਹਾਂ ਦੀ ਵੀ ਮੈਰਿਜ ਹੈ, ਮਤਲਬ 50-50 ਮੈਰਿਜ, ਯਾਨੀ ਕਿ ਜਿਹਦੇ ਤੁਹਾਡੀ ਪਸੰਦ ਔਰ ਘਰਦਿਆਂ ਦੀ ਪਸੰਦ ਦੋਵੇਂ ਹੀ ਸ਼ਾਮਿਲ ਹੋਣ, ਤੇ ਲੇਕਿਨ ਤੁਸੀਂ ਹਮੇਸ਼ਾ ਹੀ ਇਹੀ ਤੁਸੀਂ ਖਿਆਲ ਕਰੋ ਕਿ ਤੁਸੀਂ ਤੁਸੀਂ ਇੱਕ ਦੋ ਦਿਨ ਵਾਸਤੇ ਨਾਲ ਨਹੀਂ, ਬਲਕਿ ਸਾਰੀ ਜ਼ਿੰਦਗੀ ਦਾ, ਸਾਰੀ ਜ਼ਿੰਦਗੀ ਵਾਸਤੇ ਸਾਥ ਉਹ, ਤੁਸੀਂ ਸਾਥ ਨਿਭਾਉਣ ਦੀ ਕੋਸ਼ਿਸ਼ ਕਰਨੀ ਹੈ। ਬਾਸ ਕਿਸੇ ਦਾ ਇਸ ਤਰ੍ਹਾਂ ਹੁੰਦਾ ਵੇ ਕਿ ਜਿਹੜਾ ਵੇ ਬਾਸ ਵਾਰੀ ਜਿਹੜਾ ਇਨਸਾਨ ਜਿਹੜਾ ਸਾਹਮਣੇ ਵਹਿੰਦਾ, ਉਹ ਵੀ ਬਾਸ ਵਾਰੀ ਗਲਤ ਨਿਕਲਦਾ, ਗਲਤ ਨਿਕਲਦਾ, ਹਾਂ ਗਲਤ ਨਿਕਲਦਾ। ਇਹ ਤਾਂ ਕੁਦਰਤ ਦੇ ਡਿਸੀਜਨ ਨੇ, ਲੇਕਿਨ ਆਪਣੇ ਵੱਲੋਂ ਜਿਹੜਾ ਵੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਆਪਣਾ ਜਿਹੜਾ ਵੇ ਕਾਰ ਉਹਨੂੰ ਵਸਾਇਆ ਜਾਵੇ। ਤੇ ਤੁਸੀਂ ਕੀ ਸੁਣਾਓਗੇ ਅੱਜ? ਮੈਂ ਤੁਹਾਨੂੰ ਸੁਣਾਉਂਦੀ ਹਾਂ, ਜਿੱਦਾਂ ਹੁਣ 28 ਤਰੀਕ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਆ। ਅੱਛਾ, ਮੈਂ ਆਪਾਂ ਉਹਨਾਂ ਦਾ ਇੱਕ ਕਵਿਤਾ ਪੜ੍ਹ ਦਿੰਦੀ ਹਾਂ ਨਾ। ਚਲੋ ਠੀਕ ਹੈ, ਤੇ ਇਹਨਾਂ ਦੇ ਤੁਸੀਂ ਬੈਕਗ੍ਰਾਉਂਡ ਦੱਸੋ ਕਿ ਕੀ ਸੀ ਇਹਨਾਂ ਦਾ, ਮਤਲਬ ਇਹ ਮਤਲਬ ਜਦੋਂ 1947 ਦੀ ਲੜਾਈ ਸੀ, ਹਾਂ, ਅੱਛਾ, ਭਗਤ ਸਿੰਘ ਦੇ ਜਿਹੜਾ, ਹਾਂ, ਉਹਨਾਂ ਨੇ ਇਹਨਾਂ ਦਾ ਲਾਹੌਰ, ਉੱਥੇ ਪਿੰਡ ਸੀਗਾ, ਹੁਣ ਵੀ ਹੈਗਾ ਘਰ ਇਹਨਾਂ ਦਾ, ਇੱਕ ਜਦੋਂ ਮੁਸਲਮਾਨ ਵੀਰ ਨੇ ਸੰਭਾਲ ਕੇ ਰੱਖਿਆ ਉਹਦਾ ਸਾਰਾ, ਹੈ ਨਾ। ਤੇ ਹੁਣ ਮਤਲਬ ਜਦੋਂ ਫਿਰ ਵੰਡ ਹੋਈ ਤਾਂ ਉਹ ਇਹਨਾਂ ਦਾ ਪਰਿਵਾਰ ਇੰਡੀਆ ਆਇਆ, ਹੈ ਨਾ, ਤੇ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਜਦੋਂ ਗੋਰਿਆਂ ਨੂੰ ਮਤਲਬ ਇੱਥੋਂ ਕੱਢਿਆ, ਉਹ ਹੋਇਆ ਸੀ। ਅੱਛਾ, ਭਗਤ ਸਿੰਘ ਦੇ ਬਾਰੇ, ਭਗਤ ਸਿੰਘ, ਹਾਂਜੀ। ਅੱਛਾ, ਚਲੋ ਠੀਕ ਹੈ ਜੀ, ਕੀ ਸੁਣਾਓਗੇ ਤੁਸੀਂ? ਮੈਂ ਉਹਨਾਂ ਦੀ ਕਵਿਤਾ ਪੜ੍ਹਦੀ। ਸੁਣਾਓ, ਸੁਣਾਓ ਜੀ। ਮੇਰਾ ਵੀਰ ਭਗਤ ਸਿੰਘ ਨੀ, ਮੇਰਾ ਵੀਰ ਭਗਤ ਸਿੰਘ ਨੀ, ਮੈਂ ਸੁਣਿਆ ਜੇਲ੍ਹ ਦੇ ਅੰਦਰ ਮਾਰ ਦਿੱਤਾ, ਮੇਰਾ ਵੀਰ ਭਗਤ ਸਿੰਘ ਨੀ, ਮੈਂ ਸੁਣਿਆ ਜੇਲ੍ਹ ਦੇ ਅੰਦਰ ਮਾਰ ਦਿੱਤਾ, ਹਾਕ ਪੈ ਗਈ ਕਿਸ਼ਨ ਸਿੰਘ ਬਾਪ ਨੂੰ, ਹਾਕ ਪੈ ਗਈ ਕਿਸ਼ਨ ਸਿੰਘ ਬਾਪ ਨੂੰ, ਲਾਲ ਨਾਲ ਮੁਲਾਕਾਤ ਦੀ, ਰਾਣਾ ਭਰਤ ਤਰੀਕੇ ਵਾਲੇ ਆ ਗਿਆ ਪਾਣਾ, ਘੰਟੀ ਵੱਜ ਗਈ ਮੁਲਾਕਾਤ ਟੁੱਟ ਗਈ, ਘੰਟੀ ਵੱਜ ਗਈ ਮੁਲਾਕਾਤ ਟੁੱਟ ਗਈ, ਕੱਢ ਲਿਆ ਕੋਠੜੀ ਚੋਂ ਭਗਤ ਸਿੰਘ ਨੂੰ ਕੱਢ ਲਿਆ ਕੋਠੜੀ ਚੋਂ, ਗੋਰਿਆਂ ਦੀ ਗਾਰਦ ਨੇ ਜਾਂਦੇ ਸ਼ੇਰ ਨੇ ਮਾਰਿਆ ਨਾਰਾ, ਜਾਂਦੇ ਸ਼ੇਰ ਨੇ ਮਾਰਿਆ ਨਾਰਾ, ਇਨਕਲਾਬ ਜ਼ਿੰਦਾਬਾਦ ਦਾ, ਜਾਂਦੇ ਸ਼ੇਰ ਨੇ ਮਾਰਿਆ ਨਾਰਾ, ਇਨਕਲਾਬ ਜ਼ਿੰਦਾਬਾਦ ਦਾ, ਜਾਂਦੇ ਸ਼ੇਰ ਨੇ, ਐਵੇਂ ਨਾ ਡੁਲਾ ਚਿੱਤ ਅੰਮੀਏ, ਐਵੇਂ ਨਾ ਡੁਲਾ ਚਿੱਤ ਅੰਮੀਏ, ਦੇਸ਼ ਨੂੰ ਆਜ਼ਾਦ ਕਰਨਾ ਜਿੰਦ ਵਾਰ ਕੇ, ਐਵੇਂ ਨਾ ਡੁਲਾ ਚਿੱਤ ਅੰਮੀਏ, ਦੇਸ਼ ਨੂੰ ਆਜ਼ਾਦ ਕਰਨਾ ਜਿੰਦ ਵਾਰ ਕੇ, ਮਾਂਡਲੇ ਦੀ ਪੁੱਛ ਜੇਲ੍ਹ ਤੋਂ, ਜਿੱਥੇ ਸਾਡਾ ਸੀ ਅਜੀਤ ਸਿੰਘ ਚਾਚਾ, ਦੇਸ਼ ਲਈ ਸ਼ਹੀਦ ਹੋ ਗਿਆ ਹੱਸ ਕੇ, ਦੇਸ਼ ਉੱਤੋਂ ਕਿੰਜ ਮਰਨਾ ਗਿਆ ਦੱਸ ਕੇ, ਦੇਸ਼ ਉੱਤੋਂ ਕਿੰਜ ਮਰਨਾ ਗਿਆ ਦੱਸ ਕੇ। ਇਹ ਮਤਲਬ ਉਹਨਾਂ ਦਾ ਜਨਮ ਦਿਨ 28 ਉਹਨਾਂ ਨੂੰ ਸਲਾਮ ਆ, ਜਿਨ੍ਹਾਂ ਨੇ ਇੰਨੀਆਂ ਘਾਲਣਾ ਘਾਲੀਆਂ, ਆਪਣੀਆਂ ਜਵਾਨੀਆਂ ਦੀ ਪਰਵਾਹ ਨਾ ਕਰਦੇ ਹੋਏ ਇਸ ਦੇਸ਼ ਨੂੰ ਆਜ਼ਾਦ ਕਰਵਾਇਆ। ਭੁੱਲਣਾ ਨੀ ਚਾਹੀਦਾ, ਹਮੇਸ਼ਾ ਉਹਨਾਂ ਨੂੰ ਪ੍ਰਣਾਮ ਆ, ਸ਼ਹੀਦਾਂ ਨੂੰ ਸਲਾਮ। ਬਿਲਕੁਲ ਬਿਲਕੁਲ, ਸੱਚੀ ਗੱਲ ਹੈ ਕਿ ਉਹਨਾਂ ਨੂੰ ਵਾਕਈ, ਉਹਨਾਂ ਜਿਨ੍ਹਾਂ ਨੇ, ਦੇਖੋ ਆਪਾਂ ਮਤਲਬ ਰੇਣ ਵੀ ਥੋੜੀ ਗੱਲ ਹੋਵੇ ਤਾਂ ਪਿੱਛੇ ਨੂੰ ਬੰਦਾ ਨੱਠਦਾ, ਹੈ ਨਾ, ਕਿ ਹਰ ਕੋਈ ਜਿਹੜਾ, ਯਾਨੀ ਕਿ ਦੌੜ ਐਸੀ ਚੱਲੀ ਕਿ ਹਰ ਕੋਈ ਆਪਣੇ ਬਾਰੇ ਸੋਚਦਾ, ਆਪਣੇ ਉਹਨਾਂ ਨੇ ਆਪਣੀ ਮਾਂ ਭੈਣ ਮੰਗੇ ਹੋਏ ਸੀ, ਕਿਸੇ ਦਾ ਵੀ ਪਰਵਾਹ ਨਾ ਕਰਦੇ ਹੋਏ ਆਪਣੀ ਜਾਨ ਨੇਸ਼ਨ ਵਾਸਤੇ, ਆਪਣੀ ਕੌਮ ਵਾਸਤੇ ਸੋਚਿਆ, ਨੇਸ਼ਨਸ ਔਰ ਕੌਮ ਜਿਹੜੀਆਂ ਨੇ, ਜਾਂ ਫਿਰ ਅੱਜ ਉਹਨਾਂ ਦੀਆਂ ਫਿਰ ਯਾਦਾਂ ਹੈ ਉਹਨਾਂ ਦੀਆਂ, ਔਰ ਇਸੇ ਵਾਸਤੇ ਬਾਤ ਨੇ ਕਿ ਉਹਨਾਂ ਦੇ ਵਿੱਚ ਇਹੋ ਜਿਹੇ ਹੀਰੋਜ਼
हमेशा जिंदा रहिंदे ने कि जिहड़ा अपने वतन वास्ते अपनी कौम वास्ते जानावार अपने वास्ते अपने जानावार शहीद हो गए। हाँ जी और शहीद होए ने और जिहड़ा वे ये जज्बा जिहड़ा बहुत घट लोगां विच और अल्लाह अल्लाह दी देन हुंदी है। हां ये परमात्मा वल्लों ही है। हां जी रब दी देन हुंदी है। हर बंदे च ये चीज नहीं हुंदी है। मुसलमान वीरां ने सिख वीरां ने सारयां ने मिल के ये आजादी लई घालणा घाली सी है ना। बिल्कुल कोई कौम होए कोई भी बंट पा चलो बाद विच होई है पाकिस्तान हिंदुस्तान बनिया जो भी आ पर पहला सारे इकट्ठे सी। सब तो बड़ी गल ह्यूमैनिटी है इंसानियत है कि इंसान कोई भी होए वो इसी तरह ही प्यारा होंदा है। कोई भी इंसान होए किसी दुनिया तो होए किसी भी कंट्री दा किसी दा हां सारे हां ते मापियां दा पुत्र और अपनी कौम दा हीरो हुंदा वे ते जेड़ा वे सब सुख सबो आबाद रहो और प्रोग्राम में दे रहो मावतियां ने गल्लां। प्रोग्राम दा वक्त तकरीबन खत्म होने वाला है। प्रोग्राम हर फ्राइडे नूं हुंदा वे 3 to 4 बजे और तुसी कॉल करना ना भुलिया करो। अज बहुत ही असि थैंकफुल हां कि साडे काफी सारीयां जिहड़ियां कॉल्स आईयां। हां साडीयां भैणां ने बहुत कॉल कीतियां, बहुत इंटरेस्ट लिया और कॉल्स कीतियां ने और प्रोग्राम नूं खूबसूरत ते रंगीन बनाया वे। और सतिंदर जी दा वी बहुत थैंक यू वेरी मच कि उन्होंने इन्ना प्यारा वतन दे जिहड़ा वे शहीद है ओहदे बारे च इन्ने प्यारे अल्फाज कहे ने जिहड़े सब दे दिल दी आवाज़ सी। तमाम भैणां दे तमाम सरोतियां दे दिल दी आवाज़ सी। ते होर तुसी की कहना चाहोगे? टाइम हैगा फिर मैं गाना सुनानी है। हाँ सुना ले रहे। चल चलो टप्पा कुछ पढ़ लेने। हाँ अज तैं मैनू मार पुआई नण दे अज तैं मैनू मार पुआई नण दे अज तैं मैनू मार पुआई नण दे नी तू खिच तू के तिया विच लैके गई सी तू ही मैनू खिच तू के तिया विच लैके गई सी संग दी सगौंदी नी मैं पींग झूट लई सी संग दी सगौंदी नी मैं पींग झूट लई सी पींग चढ़ गई हलारे सिरों चुन्नी लथ गई पींग चढ़ गई हलारे सिरों चुन्नी लथ गई पिंड सहुरियां दा मच गई दुहाई नण दे अज तैं मैनू मार पुआई नण दे अज तैं मैनू मार पुआई नण दे अज तैं मैनू मार पुआई नण दे किस जाके दित्ती डार खंबा दी बना किस जाके दित्ती डार खंबा दी बना नी किस चंद्रे ने दिता लून सेमियां च पा नी किस चंद्रे ने दिता लून सेमियां च पा पूरे पांच दिन होए सानू रुसियां नू पूरे पांच दिन होए सानू रुसियां नू साडी की बोलियां तो पहचान गई सी कणक बना रंग बे गबरुआ कणक बना रंग बे गबरुआ मैं नजरा तो डरदी बे इक जी करदा तवीत करा दा इक जी करदा तागा बिन मकलाइया ने टिया दरवाजा बिन मकलाइया ने दरवाजा बिन मकलाइया ने दर्शन दियो तुसी जरूर।
ਤੇ ਨੈਕਸਟ ਟਾਈਮ ਇਨਸ਼ਾਅੱਲਾ ਤਾਲਾ ਬਾ ਬਹੁਤ ਉਹਨਾਂ ਦੇ ਖੂਬਸੂਰਤ ਪ੍ਰੋਗਰਾਮ ਨੂੰ ਜਾਂਦੇ ਜਾਂਦੇ ਬਣਾ ਦਿੱਤਾ ਉਹ ਸਤਿੰਦਰ ਜੀ ਨੇ ਵੀ ਚਾਰ ਚੰਦ ਲਾ ਦਿੱਤੇ ਨੇ ਅੱਜ ਇੰਨਾ ਖੂਬਸੂਰਤ ਜੋੜਾ ਪਾ ਕੇ ਆਏ ਉਹਨੇ ਛੜਾ ਆਨੰਦ ਲਗਾ ਰਿਹਾ ਮਨਾ ਹੋ ਗਿਆ ਵਧੀਆ ਹੋ ਗਿਆ ਸਾਡੇ ਸਰੋਤਿਆਂ ਨੇ ਵੀ ਬਹੁਤ ਸਾਥ ਦਿੱਤਾ ਬਹੁਤ ਸਾਥ ਦਿੱਤਾ ਵੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਟਾਈਮ ਜਿਹੜਾ ਪਤਾ ਨਹੀਂ ਚੱਲਿਆ ਇੰਜਨ ਛੁੱਟੀਆਂ 'ਚ ਗੁਜ਼ਰ ਗਿਆ ਸਾਡੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਔਰ ਇੰਤਜ਼ਾਰ ਰਹੇਗਾ ਨੈਕਸਟ ਫਰਾਈਡੇ ਦਾ ਔਰ ਜ਼ਰੂਰ ਪ੍ਰੋਗਰਾਮ ਵਿੱਚ ਨੇ ਰਹੋ ਮਾਮਾ ਧੀਆਂ ਦੀਆਂ ਗੱਲਾਂ ਆਪਣਾ ਪੰਜਾਬ ਟੀਵੀ ਤੋਂ ਔਰ ਇਸ ਵੇਲੇ ਇਜਾਜ਼ਤ ਚਾਹਣ ਦਾ ਵਕਤ ਖੁਸ਼ ਰਹੋ ਆਬਾਦ ਰਹੋ ਆਪਣੇ ਘਰ 'ਚ ਔਰ ਸਭ ਦਾ ਖਿਆਲ ਰੱਖੋ ਔਰ ਆਪਣਾ ਵੀ ਖਿਆਲ ਰੱਖੋ ਸਤਿ ਸ਼੍ਰੀ ਅਕਾਲ